ਬੱਚਿਓ ਇਹ ਜਿਹੜਾ ਆਉਣ ਵਾਲਾ ਟਾਈਮ ਹੈ ਸ਼ੁਰੂ ਦੇ ਵਿੱਚ ਜਿਵੇਂ ਕੋਈ ਸਮਾਨ ਵੇਚਣ ਵਾਲਾ ਹੁੰਦਾ ਨਾ ਮੈਂ ਸੁਪਨਾ ਵੇਚਣ ਆਇਆ ਔਰ ਤੁਹਾਨੂੰ ਇਹ ਗਰੰਟੀ ਦਿੰਦਾ ਹੈ ਕਿ ਘੰਟਾ ਸਵਾ ਘੰਟੇ ਤੋਂ ਬਾਅਦ ਜਦੋਂ ਅਸੀਂ ਇੱਥੋਂ ਜਾਵਾਂਗੇ ਤਾਂ ਬਹੁਤ ਕੁਛ ਬਦਲਿਆ ਹੋਏਗਾ ਇਹ ਮੈਂ ਤੁਹਾਨੂੰ ਸ਼ੁਰੂ 'ਚ ਦੱਸ ਦਿੰਦਾ ਔਰ ਦੂਜੀ ਗੱਲ ਇਹ ਵੀ ਇੱਕ ਬੜੀ ਸ਼ੁਰੂ 'ਚ ਹੀ ਸਪੱਸ਼ਟ ਕਰਦਾ ਕਿ ਮੈਂ ਕੋਈ ਲੈਕਚਰ ਦੇਣ ਨਹੀਂ ਆਇਆ ਮੈਂ ਪੰਜਾਬ ਦੇ ਵਿੱਚ ਥਾਂ ਥਾਂ ਜਾ ਕੇ ਬੱਚਿਆਂ ਨਾਲ ਗੱਲਬਾਤ ਕਰ ਰਹੇ ਹਾਂ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਨਾ ਹੈ ਪ੍ਰਿੰਸੀਪਲ ਤੇਜਾ ਨਾਲ ਕਾਫੀ ਦਿਨ ਪਹਿਲਾਂ ਗੱਲ ਹੋਈ ਕਿਉਂਕਿ ਲਗਾਤਾਰ ਚੱਲ ਰਿਹਾ ਇੱਕ ਦਿਨ 'ਚ ਦੋ ਦੋ ਥਾਂ 'ਤੇ ਉਹਦੇ ਪਿੱਛੇ ਵੀ ਰੀਜ਼ਨ ਹੈ ਤੁਹਾਨੂੰ ਆਪਣੇ ਆਪ ਹੀ ਗੱਲ ਸਮਝ ਆਏਗੀ ਜਦੋਂ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਇਹਦਾ ਮੈਂ ਨਾਲ ਲੈਕਚਰ ਨਹੀਂ ਇਹਨੂੰ ਟੋਕ ਕਹਿ ਸਕਦੇ ਹਾਂ ਜਾਂ ਗੱਲਬਾਤ ਔਰ ਗੱਲਬਾਤ 'ਚ ਕੁਛ ਤੁਮ ਬੜੋ ਕੁਛ ਹੁਣ ਬੜੇ ਕੁਛ ਆਪ ਕਹੋ ਕੁਛ ਹਮ ਕਹੇ ਗੱਲਬਾਤ ਟੂ ਵੇ ਕਮਿਊਨੀਕੇਸ਼ਨ ਇਸ ਟੂ ਵੇ ਆਫ ਦ ਸਟੂਡੈਂਟ ਆਫ ਮੀਡੀਆ ਐਂਡ ਸਾਡਾ ਤਾਂ ਕੰਮ ਹੀ ਟੂ ਵੇ ਹੈ ਤਾਂ ਮੈਂ ਸਮਝ ਸ਼ੁਰੂ 'ਚ ਹੀ ਗੱਲਬਾਤ 'ਚ ਕਹਿ ਰਹੇ ਸਵਾਲ ਕਰਾਂਗੇ ਵੈਰੀ ਸਿੰਪਲ ਕੁਸ਼ਚਨ ਮੈਨੂੰ ਪਤਾ ਹੈ ਜਿਵੇਂ ਹੁਣ ਦੱਸਿਆ ਗਿਆ ਮੈਂ ਸੱਚਮੁੱਚ ਪ੍ਰਿੰਸੀਪਲ ਸਾਹਿਬ ਜੇ ਮੈਂ ਕੁਛ ਆਸ ਕਰਦਾ ਕਿ ਪੰਜਾਬ 'ਚ ਕੁਛ ਵਧੀਆ ਨਿਕਲੂਗਾ ਇਸ ਧਰਤੀ ਤੋਂ ਖਾਸ ਤੌਰ 'ਤੇ ਜਿਨ੍ਹਾਂ ਲਈ ਅਸੀਂ ਸਮਝਦੇ ਕਿ ਪਿੰਡਾਂ ਦੀ ਧਰਤੀ ਔਰ ਪੰਜਾਬ ਦੀਆਂ ਧੀਆਂ ਕੁਛ ਕਰਨਗੀਆਂ ਤਾਂ ਮੈਂ ਕਾਫੀ ਕੁਛ ਆਸ ਰੱਖਦਾ ਕਿ ਇਹ ਤੁਹਾਡਾ ਪਟੇਲ ਕਾਲਜ ਵਿੱਚ ਬਹੁਤ ਵਧੀਆ ਨਾਮ ਲਏਗਾ ਮੇਰੇ ਤਾਂ ਇਸੇ ਕਰਕੇ ਤੁਹਾਨੂੰ ਮੈਂ ਗੱਲ ਹੀ ਅੱਛੀ ਸ਼ੁਰੂ ਕਰ ਰਿਹਾ ਹੈ ਕਿ ਜੇ ਤੁਹਾਨੂੰ ਤੁਸੀਂ ਕਿਤੇ ਜਾਣਾ ਹੋਵੇ ਤੁਸੀਂ ਰੇਲਵੇ ਸਟੇਸ਼ਨ 'ਤੇ ਜਾਓ ਜਾ ਕੇ ਟਿਕਟ ਖਿੜਕੀ ਦੇ ਸਾਹਮਣੇ ਖੜ ਜਾਓ ਉਹਨੂੰ ਪੈਸੇ ਫੜਾ ਦਿਓ ਟਿਕਟ ਬਾਬੂ ਨੂੰ ਕੀ ਤੁਸੀਂ ਆਪਣਾ ਜਿਹੜਾ ਪਰਪਸ ਹੈ ਤੁਹਾਡਾ ਹੱਲ ਹੋ ਜਾਏਗਾ ਤੁਹਾਨੂੰ ਦੱਸਣਾ ਪਏਗਾ ਕਿ ਤੁਹਾਡਾ ਸਟੇਸ਼ਨ ਕਿਹੜਾ ਹੈ ਤੁਸੀਂ ਜਾਣਾ ਕਿੱਥੇ ਹੈ ਸੋ ਉਹਦੇ ਪਿੱਛੇ ਕਿਤੇ ਨਾ ਕਿਤੇ ਜੇ ਤੁਸੀਂ ਸਪੋਜ਼ ਉਹਨੂੰ ਆਪਣੇ ਸਟੇਸ਼ਨ ਦਾ ਨਾਂ ਨਹੀਂ ਦੱਸਦੇ ਤਾਂ ਤੁਸੀਂ ਕਿੱਥੇ ਪਹੁੰਚੋਗੇ ਹੋ ਸਕਦਾ ਤੁਹਾਨੂੰ ਜਿੱਧਰ ਨੂੰ ਟ੍ਰੇਨ ਜਾਂਦੀ ਹੈ ਉੱਧਰ ਨੂੰ ਟਿਕਟ ਦੇ ਦਿਓ ਇਹ ਪ੍ਰੋਬਲਮ ਬਹੁਤ ਵੱਡੀ ਹੈ ਕਿ ਸਾਨੂੰ ਪਤਾ ਨਹੀਂ ਅਸੀਂ ਕਿੱਧਰ ਨੂੰ ਜਾਣਾ ਮੈਂ ਤੁਹਾਨੂੰ ਜੇ ਸਵਾਲ ਕਰਾਂ ਕਿ ਤੁਹਾਡੇ ਵਿੱਚੋਂ ਕਿੰਨੇ ਸਟੂਡੈਂਟਸ ਨੇ ਜਿਨ੍ਹਾਂ ਨੇ ਕਿਸੇ ਡਾਇਰੀ 'ਤੇ ਲਿਖਿਆ ਹੈ ਕਿ ਮੈਂ ਵੱਡਾ ਹੋ ਕੇ ਇਹ ਬਣਨਾ ਔਰ ਹਾਲੇ ਤੱਕ ਦੋ ਹੱਥ ਖੜ੍ਹੇ ਨੇ ਤਿੰਨ ਚਾਰ ਪੰਜ ਮੰਨ ਲਓ ਪੰਜ ਜਾਂ ਛੇ ਇਸ ਹਾਲ ਦੇ ਵਿੱਚ ਸਟੂਡੈਂਟਸ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਇਹ ਬੇਟਾ ਮੈਂ ਆਪਾਂ 'ਚ ਗੱਲਬਾਤ ਕਰੀਏ ਤਾਂ ਜ਼ਿਆਦਾ ਠੀਕ ਆ ਆਪਾਂ 'ਚ ਤੁਹਾਨੂੰ ਬੜਾ ਮੌਕਾ ਮਿਲ ਗਿਆ ਯੂਨੀਵਰਸਿਟੀ ਦੇ ਵਿੱਚ ਤੁਸੀਂ ਤਾਂ ਫਿਰ ਵੀ ਛੇ ਹੱਥ ਖੜ੍ਹੇ ਕੀਤੇ ਨੇ ਪ੍ਰੈਸ ਸਾਹਿਬ 1000 ਸੈਂਪਲ ਲੈ ਕੇ ਇੱਕ ਵੱਡਾ ਸਰਵੇ ਹੋਇਆ ਤੁਹਾਡੇ ਗੁਆਂਢ 'ਚ ਹੈ ਯੂਨੀਵਰਸਿਟੀ ਪੁੱਛਿਆ ਗਿਆ ਕਿ ਤੁਸੀਂ ਕੀ ਬਣਨਾ ਬੜੇ ਤਾਂ 1.5% ਨੇ ਦੱਸਿਆ ਕਿ ਅਸੀਂ ਲਿਖਿਆ ਹੋਇਆ ਕਿਤੇ ਇਹ ਬਣਨਾ ਔਰ 13.5-14% ਨੇ ਕਿਹਾ ਕਿ ਅਸੀਂ ਸੋਚਿਆ ਹੋਇਆ ਸੀ ਕੀ ਕਰਨਾ ਇਹਦਾ ਮਤਲਬ ਬਹੁਤ ਸਪੱਸ਼ਟ ਹੈ ਸਾਡੇ ਸਾਹਮਣੇ ਕਿ 85% ਸਟੂਡੈਂਟਸ ਆਫ ਮਾਈ ਯੂਨੀਵਰਸਿਟੀ ਦੇ ਡੋਂਟ ਨੋ ਮੈਂ ਕੁਝ ਜ਼ਿਆਦਾ ਸਖਤ ਸ਼ਬਦ ਨਾ ਕਹਾਂ ਕਿ ਉਹ ਏਮਲੈਸ ਨੇ ਪਰ ਉਹਨਾਂ ਦਾ ਕੋਈ ਆਪਣਾ ਏਮ ਨਹੀਂ ਹੈ ਅਸੀਂ ਵੀ ਅਕਸਰ ਇਹ ਕੁਛ ਕਰਦੇ ਹਾਂ ਜਾਂ ਪੁੱਛਦਾ ਕਿ ਬੇਟਾ ਕੀ ਕਰਦਾ ਬਾਜੀ ਹੁਣ ਐਮ ਏ ਹੋਊਗੀ ਦੇਖਦਾ ਜਾਂ ਐਮ ਏ ਕਰਾਂਗੇ ਜਾਂ ਐਮ ਫਿਲ ਕਰਾਂਗੇ ਫਿਰ ਕੀ ਕਰਾਂਗੇ ਮੈਂ ਸੋਚਦਾ ਹੁਣ ਮੈਂ ਜਰਨਲਿਜ਼ਮ ਹੀ ਕਰਨਾ ਬੜਾ ਅਜੀਬ ਜਿਹਾ ਕੰਮ ਔਰ ਇੱਕ ਬੰਦਾ ਤਾਂ ਮੇਰੇ ਕੋਲ ਐਸਾ ਆਇਆ ਡਿਸਟੈਂਸ ਐਜੂਕੇਸ਼ਨ ਦਾ 8 MA ਕੀਤੀ ਹੈ ਜੀ ਕਹਿੰਦਾ ਮੈਂ ਅਤੇ ਜਰਨਲਿਜ਼ਮ ਕਰ ਰਿਹਾ
ਮੈਂ ਉਹਨੂੰ ਕਿਹਾ ਵੀ 8 MA ਅਤੇ ਮੈਂ ਉਹਨੂੰ ਪੁੱਛਿਆ ਜਦੋਂ ਕੋਈ ਇਸ ਤਰ੍ਹਾਂ ਦੇ ਹੁੰਦੇ ਨੇ ਨਾ ਮੈਂ ਸਰਵੇ ਵੀ ਨਾਲ ਕਰਦਾ ਮੈਂ ਕਿਹੜੀ ਕਿਹੜੀ MA ਕਹਿ ਜੀ ਇਹ ਹਿਸਟਰੀ ਆ ਪੋਲੀਟੀਕਲ ਸਾਇੰਸ ਹੈ ਇਕਨੋਮਿਕਸ ਹੈ ਪੰਜਾਬੀ ਹਿੰਦੀ ਉਹਨੇ ਨਾ ਜਰਨਲਿਜ਼ਮ ਕਰ ਰਿਹਾ ਸੀ ਨਾਲ ਮੈਂ ਕਿਹਾ ਪੋਲੀਟੀਕਲ ਸਾਇੰਸ ਹੈ ਇਹਦਾ ਹੈ ਮੈਂ ਕਿਹਾ ਤੂੰ ਮੈਨੂੰ ਇਹ ਦੱਸ ਲੈਫਟ ਪਾਰਟੀਜ਼ ਕਿਹੜੀਆਂ ਹੁੰਦੀਆਂ ਨੇ ਖੱਬੇ ਪੱਖੀ ਪਾਰਟੀਆਂ ਬਾਰੇ ਦੱਸ ਦੇ ਹੈਂਜੀ ਮੈਂ ਖੱਬੇ ਪੱਖੀ ਪਾਰਟੀ ਹਾਂ ਹੈਂਜੀ ਮੈਂ ਕਿਹਾ ਤੂੰ ਜੀ ਜਦੋਂ ਮੈਂ ਚੱਲਣ ਲੱਗਿਆ ਨਾ ਜੀ ਖੰਨੇ ਤੋਂ ਬੱਸ ਨਿਕਲ ਗਈ ਜੀ ਮੈਂ ਕਿਹਾ ਯਾਰ ਮੈਂ ਤੈਨੂੰ ਸਵਾਲ ਕੋਈ ਹੋਰ ਪੁੱਛਦਾ ਤੂੰ ਖੰਨੇ ਤੋਂ ਚੱਲਣ ਲੱਗੇ ਬੱਸ ਨਿਕਲ ਗਈ ਕਹਿੰਦਾ ਜੀ ਸੱਚੀ ਗੱਲ ਹੈ ਜੀ ਮੈਨੂੰ ਪਤਾ ਨਹੀਂ ਹੈ ਜੀ ਲੈਫਟ ਹੁੰਦੇ ਨੇ ਪਰ ਮੈਨੂੰ ਊਂ ਲੱਗਦਾ ਜਿਹੜੇ ਖੱਬੇ ਪਾਸੇ ਬੈਠਦੇ ਉਹਨੂੰ ਜੀ ਲੈਫਟ ਪਾਰਟੀ ਹੁੰਦੀ ਹੈ 8 MA ਹੈ ਉਸ ਨੂੰ ਨਹੀਂ ਕੱਚਾ ਸਾਨੂੰ ਫੋਕਸ ਕਰਨਾ ਨਹੀਂ ਨਾ ਆਉਂਦਾ ਕਿਸੇ ਸੰਤ ਨੂੰ ਸੰਤ ਦੇ ਚੇਲਿਆਂ ਨੇ ਚੇਲਿਆਂ ਨੂੰ ਸੰਤ ਨੇ ਕਿਹਾ ਕਿ ਤੁਸੀਂ ਪਾਣੀ ਚਾਹੀਦਾ ਪਰ ਖੂਹ ਪੱਟ ਲਈਏ ਉਹ 20-25 ਫੁੱਟ 'ਤੇ ਜਦੋਂ ਡਿਗਾਈ 'ਤੇ ਖੂਹ ਪੱਟਿਆ ਕਹਿੰਦੇ ਸੰਤ ਜੀ ਇੱਥੇ ਤਾਂ ਪਾਣੀ ਨਹੀਂ ਉਹ ਕਹਿੰਦੇ ਕਿਤੇ ਹੋਰ ਪੱਟ ਲਓ ਉੱਥੇ ਫਿਰ ਉਹਨੇ ਖੂਹ ਪੱਟਿਆ ਪਾਣੀ ਇੱਥੇ ਵੀ ਨਹੀਂ ਉਹ ਕਹਿੰਦੇ ਕਿਤੇ ਹੋਰ ਪੱਟ ਲਓ 5-7 ਥਾਂ 'ਤੇ ਉਹਨਾਂ ਨੇ ਖੂਹ ਪੱਟਿਆ 25-25-30 ਫੁੱਟ ਪਾਣੀ ਨਹੀਂ ਨਿਕਲਿਆ ਸੰਤ ਉਹਨਾਂ ਨੂੰ ਕਹਿੰਦਾ ਕਹਿੰਦੇ ਜੀ ਪਾਣੀ ਤਾਂ ਕਿਤੇ ਨਹੀਂ ਨਿਕਲਿਆ ਕਹਿੰਦੇ ਤੁਹਾਨੂੰ ਪਤਾ ਪਾਣੀ ਕਿਉਂ ਨਹੀਂ ਨਿਕਲਿਆ ਕਹਿੰਦੇ ਜੀ ਸਾਡੀ ਕਿਸਮਤ 'ਚ ਕਹਿੰਦੇ ਕਿਸਮਤ ਨਹੀਂ ਜੇ ਤੁਸੀਂ ਇੱਕੋ ਥਾਂ 'ਤੇ 125 ਫੁੱਟ ਖੂਹ ਪੱਟ ਲੈਂਦੇ ਤਾਂ ਵਸ਼ ਪਾਣੀ ਨਿਕਲਦਾ ਜੇ ਉਹ ਇੱਕੋ MA ਚੰਗੀ ਤਰ੍ਹਾਂ ਕਰ ਲੈਂਦਾ ਉਹਨੂੰ ਖੱਬੇ ਪੱਖੀ ਪਾਰਟੀ ਦਾ ਪਤਾ ਹੋਵੇ ਅਸੀਂ ਫੋਕਸ ਕੀਤਾ ਮੈਂ ਤੁਹਾਨੂੰ ਇਹ ਪੁੱਛਿਆ ਕਿ ਤੁਸੀਂ ਡਾਇਰੀ 'ਚ ਲਿਖਿਆ ਨਹੀਂ ਲਿਖਿਆ ਤਾਂ ਪ੍ਰੋਬਲਮ ਕਿੱਥੇ ਆ ਗਈ ਹੁਣ ਕਿ ਸਾਨੂੰ ਅਸੀਂ ਪਹੁੰਚਣਾ ਕਿੱਥੇ ਹੈ ਏਮ ਕੀ ਹੈ ਇਹਦੀ ਬੜੀ ਪ੍ਰੋਬਲਮ ਇਹ ਏਮ ਜਿਹੜਾ ਫੋਰ ਐਗਜ਼ਾਮਪਲ ਮੈਂ ਇੱਕ ਇਸ ਇੱਕ ਦਿਨ 2 ਦਿਨ ਅੱਜ 26 ਹੈ ਫਸਟ ਵੀਕ ਦੇ ਵਿੱਚ ਕਿਤਾਬ ਆ ਰਹੀ ਹੈ ਜਿੱਤ ਦਾ ਮੰਤਰ ਮੇਰੀ ਲੋਕ ਗੀਤ ਛਾਪੀ ਹੈ ਉਹਦੇ ਨਾਲ ਹੀ ਹੋਰ ਇੰਗਲਿਸ਼ ਹੈ 7D ਮੰਤਰਾ ਫਾਰ ਸਕਸੈਸ 7D ਹੈ ਕੀ ਡਰੀਮ ਡਿਜ਼ਾਇਰ ਡਾਇਰੈਕਸ਼ਨ ਡੈਡੀਕੇਸ਼ਨ ਡਿਸਿਪਲਿਨ ਡੈਡਲਾਈਨ ਹੁਣ ਯਾਦ ਹੋਏ ਕੁਛ ਬੋਲੋਗੇ ਜਰਾ ਇਹ ਤੁਹਾਡੇ ਬੱਚੇ ਬੜੇ ਚੰਗੇ ਨੇ ਕੱਲ੍ਹ ਜਿਹੜਾ ਮੇਰਾ ਲੈਕਚਰ ਸੀ ਨਾ ਸੰਘੇੜਾ ਕਾਲਜ 'ਚ ਉੱਥੇ ਤਾਂ ਮੈਂ ਦੇਖਿਆ ਜਦੋਂ ਉਹਨਾਂ ਨੂੰ ਮੈਂ ਕਿਹਾ 7D ਉਸ ਤੋਂ ਬਾਅਦ ਜਿਵੇਂ ਜਨਗਣ ਮਨ ਆਉਂਦੀ ਜੈ ਜੈ ਉਹੀ ਕਰਦੇ ਨੇ ਊਂ ਨਹੀਂ ਉਹਨਾਂ ਦੇ ਯਾਦ ਆ ਬਿਲਕੁਲ ਤੁਹਾਡੀ ਗੱਲ ਠੀਕ ਹੈ ਲੇਕਿਨ ਜ਼ਰੂਰੀ ਨਹੀਂ ਕਿ ਤੁਹਾਡੇ ਇਹੀ ਯਾਦ ਰਹੇ ਵੈਸੇ ਮੈਂ ਅੱਜ ਕੱਲ੍ਹ ਦਾ ਜ਼ਮਾਨਾ ਜਿਹੜਾ ਮੈਨੂੰ ਇਹ ਲੱਗਿਆ ਕਿ ਅੱਜ ਦੀ ਜਿਹੜੀ ਜਨਰੇਸ਼ਨ ਹੈ ਇਹ ਸ਼ਾਰਟਕੱਟ 'ਤੇ ਬੜਾ ਵਿਸ਼ਵਾਸ ਰੱਖਦੀ ਹੈ ਜਦੋਂ ਮੈਂ ਦੇਖਿਆ ਸਵੇਰੇ ਉੱਠ ਕੇ ਮੇਰੇ ਵਟਸਐਪ 'ਤੇ ਮੈਸੇਜ GM ਗੁੱਡ ਮਾਰਨਿੰਗ ਮੈਨੂੰ ਕਈ ਦਿਨਾਂ ਬਾਅਦ ਪਤਾ ਲੱਗਿਆ ਵੀ GM ਕੀ ਹੁੰਦੀ ਹੈ ਅੱਛਾ ਇੱਕ ਦਿਨ ਮੈਂ ਬੱਚੇ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਵੀ ਕ੍ਰਾਸ ਗਾਰਡ ਕਿੱਥੇ ਹੋ ਜੀ ਸਾਰੇ GM ਨੇ ਬਾਅਦ 'ਚ ਪਤਾ ਲੱਗਿਆ ਗੋਲਡ ਮਾਰਕੀਟ ਨੂੰ GM ਵੀ ਕਰਦੇ ਨੇ ਮਤਲਬ ਹਰ ਚੀਜ਼ ਦਾ ਸ਼ਾਰਟਕੱਟ ਆਹ ਪਿਛਲੇ ਦਿਨ ਜੀ ਮੈਂ ਲਖਨਊ ਲੈਕਚਰ ਦੇਣ ਚਲਿਆ ਗਿਆ ਉੱਥੇ ਜਰਨਲਿਜ਼ਮ ਡਿਪਾਰਟਮੈਂਟ ਉੱਥੇ ਜਰਨਲਿਜ਼ਮ ਡਿਪਾਰਟਮੈਂਟ ਦੇ ਕੈਂਪਸ ਦੇ ਵਿੱਚ ਮੰਦਿਰ ਹੈ ਮੈਂ ਮੋਰਨਿੰਗ ਵਾਕ 'ਤੇ ਗਿਆ ਮੈਂ ਦੇਖਿਆ ਕਿ ਮੰਦਿਰ ਦੇ ਪੂਰੇ ਜਿਹੜਾ ਵੀ ਜਾਵੇ ਮੋਟਰਸਾਈਕਲ ਮੜ ਜਾ ਰੋਕੇ ਚੱਲ ਗਿਆ ਮੈਂ ਆਪਣੇ ਕਲੀਗ ਨੂੰ ਪੁੱਛਿਆ ਜਦੋਂ 10 ਵਜੇ ਮੈਂ ਕਿਹਾ ਯਾਰ ਅੱਜ ਸਵੇਰੇ ਮੈਂ ਵਾਕ 'ਤੇ ਗਿਆ ਸੀ ਇਹ ਮੰਦਿਰ ਦੇ ਹਨੂੰਮਾਨ ਦੇ ਮੰਦਿਰ 'ਚ ਲੋਕ ਉੱਥੇ ਦੇਖਿਆ ਤਾਂ ਨਹੀਂ ਮੱਥਾ ਟੇਕਦਾ ਕਹਿੰਦੇ ਸਾਰੇ ਸਟੂਡੈਂਟ ਭਗਤ ਨੇ ਹਨੂੰਮਾਨ ਦੇ ਮੈਂ ਕਿਹਾ ਮੈਂ ਤਾਂ ਦੇਖੇ ਨਹੀਂ ਕਹਿੰਦੇ ਮੋਟਰਸਾਈਕਲ ਰੁਕਦਾ ਸੀ ਮੈਂ ਹਾਂ ਰੁਕਦਾ ਸੀ ਕਹਿੰਦੇ ਕੀ ਕਰਦੇ ਸੀ ਮੈਂ ਦੂਰੋਂ ਹੱਥ ਜਿਹਾ ਨਜ਼ਰ ਆਉਂਦਾ ਸੀ ਕਹਿੰਦਾ ਇਹਨਾਂ ਦਾ ਤਰੀਕਾ ਇਹ ਹੈ ਇਹ ਜਾਂਦੇ ਜਾਂਦੇ ਰੁਕਦੇ ਨੇ ਕਹਿੰਦੇ ਨੇ ਹਾਏ ਹਨੂ ਹੋਇ ਸਾਰਾ ਕੁਛ ਹੀ ਉਹਨਾਂ ਨੇ ਆਪਣਾ ਜਿਹੜਾ ਹੈ ਉਹ ਸ਼ਾਰਟਕੱਟ ਕਰ ਲਿਆ ਤਾਂ ਤੁਹਾਡੇ ਲਈ ਵੀ ਮੈਂ ਇੱਕ ਸ਼ਾਰਟਕੱਟ ਮੰਤਰ ਦੇ ਰਿਹਾ ਸਕਸੈਸ ਦਾ ਵੈਰੀ ਸ਼ਾਰਟ ਐਂਡ ਬਹੁਤ ਵਧੀਆ ਮੰਤਰ ਹੈ AAA ਜਸਟ ਰਿਮੈਂਬਰ AAA ਅੰਬੀਸ਼ਨ ਐਟੀਟਿਊਡ ਐਕਸ਼ਨ ਕਿਹੜਾ ਐਗਜੈਕਟਲੀ ਅੰਬੀਸ਼ਨ ਡਰੀਮ ਸਾਡਾ ਇੱਕ ਸੁਪਨਾ ਮੇਰੀ ਤਾਂ ਬਹੁਤ ਵੱਡੀ ਪ੍ਰੋਬਲਮ ਹੈ ਕਿ ਪੰਜਾਬ 'ਚ ਜਿੱਥੇ ਜਾਣਾ ਅਸੀਂ ਸੁਪਨੇ ਲੈਣੇ ਭੁੱਲ ਰਹੇ ਕਿਸੇ ਪੰਜਾਬ ਦੇ ਲੀਡਰ ਨੇ ਬੱਚੇ ਤੁਹਾਡੇ ਪੰਜਾਬ ਨੂੰ ਨਹੀਂ ਬਚਾਉਣਾ ਕਿਸੇ ਸਿਆਸੀ ਬੰਦੇ ਨੇ ਪੰਜਾਬ ਨੂੰ ਨਹੀਂ ਬਚਾਉਣਾ ਇਹ ਤੁਹਾਨੂੰ ਮੈਂ ਦੱਸਦਾ ਜੇ ਪੰਜਾਬ ਨੂੰ ਬਚਾਉਣਾ ਅਧਿਆਪਕਾਂ ਨੇ ਬਚਾਉਣਾ
ਔਰ ਮਾਪਿਆਂ ਨੇ ਬਚਾਉਣਾ ਅਤੇ ਸਟੂਡੈਂਟਸ ਨੇ ਜਾਂ ਬੱਚਿਆਂ ਨੇ ਆਪ ਬਚਣਾ ਅਤੇ ਉਹਦਾ ਬਚਣ ਦਾ ਇੱਕੋ ਇੱਕ ਮੰਤਰ ਹੈ ਕਿ ਆਪਾਂ ਵੱਡੇ ਵੱਡੇ ਸੁਪਨੇ ਸਿੱਖੀਏ। ਅਸੀਂ ਸੁਪਨੇ ਲੈਣੇ ਭੁੱਲ ਗਏ। ਮੈਂ ਬਹੁਤ ਵਾਰ ਬੱਚਿਆਂ ਨੂੰ ਕਹਿੰਦਾ ਤੁਸੀਂ ਦੱਸੋ ਬਹੁਤ ਵੱਡੀ ਤੋਂ ਵੱਡੀ ਕੋਈ ਗੱਲ ਕਰੋ, ਸਮਝ ਹੀ ਨਹੀਂ ਆ ਰਹੀ ਉਹਨਾਂ ਨੂੰ, ਕਲਪਨਾ 'ਚ ਵੀ ਨਹੀਂ ਅਸੀਂ ਕੁਛ ਸੋਚ ਰਹੇ ਕੋਈ ਵੱਡਾ। ਔਰ ਇਹ ਜਿਹੜਾ ਡਰੀਮ ਹੈ ਨਾ, ਦਿਸ ਇਜ਼ ਜਸਟ ਲਾਈਕ ਸੀਡ। ਬ੍ਰੇਨ ਜਿਹੜਾ ਸਾਡਾ ਇਹ ਲੈਂਡ ਹੈ, ਇਹ ਗਾਰਡਨ ਹੈ, ਉਹਦੇ ਵਿੱਚ ਬੀਜ ਜਿਹੜਾ ਬੀਜਣਾ ਉਹ ਸੀਡ ਹੈ, ਬੀਜ ਆ ਜਿਹੜਾ ਡਰੀਮ ਹੈ। ਔਰ ਇੱਕ ਗੱਲ ਯਾਦ ਰੱਖੋ, ਜ਼ਿੰਦਗੀ 'ਚ ਬਹੁਤ ਸਾਰੇ ਜਿਹੜੇ ਯੰਗ ਟੀਚਰਸ ਨੂੰ ਮੈਂ ਬਿਲਕੁਲ ਇਸ ਤਰ੍ਹਾਂ ਅਡਰੈਸ ਕਰ ਰਹੇ ਹਾਂ ਕਿ ਇਹ ਤੁਹਾਡੀ ਸ਼ੁਰੂਆਤ ਹੈ। ਜਿਵੇਂ ਬੱਚਿਆਂ ਨੇ ਆਪਣੀ ਸ਼ੁਰੂਆਤ ਕਰਨੀ ਹੈ, ਹੋਰ ਪੱਧਰ ਤੁਸੀਂ ਥੋੜ੍ਹੇ ਅਗਲੇ ਸਟੈਪ 'ਤੇ ਜਾਣਾ, ਲੇਕਿਨ ਦੋਨੇ ਪਾਸੇ ਜ਼ਰੂਰਤ ਸੀਟ ਦੀ ਹੈ। ਤੁਸੀਂ ਪਿੰਡਾਂ 'ਚੋਂ ਜ਼ਿਆਦਾ ਬੱਚੇ ਆਏ ਹੋ, ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਜੇ ਅਸੀਂ ਦਰੱਖਤ ਉਗਾਉਣੇ ਨਾ, ਸਭ ਤੋਂ ਪਹਿਲਾਂ ਸਾਨੂੰ ਬੀਜ ਬੀਜਣਾ ਪੈਂਦਾ, ਅਤੇ ਜੇ ਸਾਡੇ ਕੋਲ ਬੀਜ ਹੀ ਨਹੀਂ ਹੋਏਗਾ ਤਾਂ ਦਰੱਖਤ ਵੀ ਹੋਏਗਾ। ਔਰ ਮੇਰੇ ਕੋਲ ਕਈ ਵਾਰ ਬੱਚੇ ਆਉਂਦੇ ਨੇ ਕਹਿੰਦੇ ਜੀ ਕਿੰਨੇ ਕੁ ਸਾਲ ਲੱਗਣਗੇ, ਮੈਂ ਇੱਕ ਵੱਡੇ ਦਰੱਖਤ ਨੂੰ ਕਿੰਨੇ ਸਾਲ ਲੱਗਦੇ ਨੇ, ਕਹਿੰਦੇ ਜੀ 8-10 ਸਾਲ। ਮੈਂ ਕਿਹਾ ਜੇ ਤੁਸੀਂ ਵੱਡਾ ਏਮ ਲਿਆ, ਮੈਨੂੰ ਜਸਟ ਗਿਵ ਮੀ 5-10 ਈਅਰਸ, ਦੱਸੋ ਕੀ ਚਾਹੁੰਦੇ। ਔਰ ਇਹ ਗਰੰਟੀ ਹੈ ਜੇ ਤੁਸੀਂ ਇਸ ਐਂਗਲ ਤੋਂ ਸੋਚੋਗੇ, ਭੁੱਲ ਜਾਓ ਤੁਸੀਂ ਕਿੱਥੇ ਖੜ੍ਹੇ ਹੋ, ਫੋਗਟ ਪੌੜੇ ਨਹੀਂ ਇੱਥੇ, ਜਿੱਥੇ ਵੀ ਜਿਹੋ ਜਿਹੇ ਵੀ ਹਾਲਾਤ 'ਚੋਂ, ਪੈਸਾ ਹੈ ਨਹੀਂ ਹੈ, ਅੰਗਰੇਜ਼ੀ ਆਉਂਦੀ ਹੈ ਨਹੀਂ ਆਉਂਦੀ, ਕੁਛ ਵੀ ਆਉਂਦਾ ਨਹੀਂ, ਜਸਟ ਇੱਕੋ ਤੁਹਾਡਾ ਮਨ ਬਣਨਾ ਚਾਹੀਦਾ। ਕੁਛ ਕਰਨੇ ਕੇ ਲਈ ਮੌਸਮ ਨਹੀਂ, ਮਨ ਚਾਹੀਦਾ। ਜਿਸ ਦਿਨ ਤੁਹਾਡਾ ਮਨ ਬਣ ਗਿਆ, ਤੁਸੀਂ ਸਮਝੋ ਕੋਈ ਤੁਹਾਡੀ ਗੱਲ, ਤੁਸੀਂ ਉਸ ਰਸਤੇ ਤੋਂ ਤੁਰ ਗਏ। ਅਤੇ ਜਦੋਂ ਡਰੀਮ ਬਣਾ ਲਿਆ, ਫਸਟ ਡੀ, ਜਦੋਂ ਤੁਸੀਂ ਉਹ ਡਰੀਮ ਨੂੰ ਸੀਡ ਨੂੰ ਬੀਜ ਲਿਆ ਤਾਂ ਸਮਝੋ ਉਸ ਰਸਤੇ ਚੱਲ ਪਏ। ਤਾਂ ਰਸਤੇ 'ਤੇ ਚੱਲਣਾ ਜਿਹੜਾ ਹੈ, ਮੇਰੇ ਕੋਲ ਨਾ ਇੱਕ ਬੱਚਾ ਆਇਆ, ਮੈਨੂੰ ਕਹਿੰਦਾ ਸਰ ਮੈਂ ਕਰਨਾ ਤਾਂ ਬਹੁਤ ਕੁਛ ਚਾਹੁੰਦਾ, ਪਰ ਸੱਚੀ ਗੱਲ ਦੱਸਾਂ ਨਾ ਤਾਂ ਮੈਨੂੰ ਅੰਗਰੇਜ਼ੀ ਆਉਂਦੀ ਹੈ, ਨਾ ਹੀ ਮੇਰੇ ਕੋਲ ਪੈਸਾ। ਇਹ ਅਕਸਰ ਇਹੋ ਜਿਹੇ ਸਵਾਲ ਆਉਂਦੇ ਨੇ। ਮੈਂ ਕਿਹਾ ਫਿਰ ਕੀ ਹੋਇਆ? ਤਾਂ ਫਿਰ ਮੈਂ ਉਹਨੂੰ ਇੱਕ ਐਗਜ਼ਾਮਪਲ ਦਿੱਤੀ। ਮਾਈਕਲ ਫਿਲਿਪਸ ਨਾਮ ਦਾ ਇੱਕ ਬੰਦਾ ਹੈ, ਦੁਨੀਆ ਦਾ ਇੱਕ ਸਵਿਮਰ ਹੈ, ਜਿਹਨੇ ਇਕੱਲੇ ਨੇ ਇੱਕੋ ਓਲੰਪਿਕ 'ਚ 22 ਗੋਲਡ ਮੈਡਲ ਜਿੱਤੇ ਨੇ, 22 ਗੋਲਡ ਮੈਡਲ ਨੇ ਸਿੰਗਲ ਓਲੰਪਿਕ। ਜਦੋਂ ਉਹਨੂੰ ਨਾ 22ਵਾਂ ਗੋਲਡ ਮੈਡਲ ਉਹਨੇ ਜਿੱਤਿਆ ਤਾਂ ਮੇਰੇ ਵਰਗਾ ਜਰਨਲਿਸਟ ਉਹਦੇ ਕੋਲ ਗਿਆ, ਇਟਸ ਵੈਰੀ ਲੱਕੀ ਡੇ ਫਾਰ ਯੂ। ਉਹਦੇ ਵੱਲ ਦੇਖਿਆ ਉਹਨੇ, ਕਹਿੰਦਾ ਵਾਟ ਆਰ ਯੂ ਟਾਕਿੰਗ ਅਬਾਊਟ ਲੱਕ, ਵੇਅਰ ਇਜ਼ ਲੱਕ, ਵਟ ਇਜ਼ ਲੱਕ? ਜੈਂਟਲਮੈਨ, ਫਰੋਮ ਦਾ ਲਾਸਟ 15 ਈਅਰਸ ਵਿਦਾਊਟ ਐਨੀ ਸੰਡੇ, ਵਿਦਾਊਟ ਐਨੀ ਬ੍ਰੇਕ, ਆਈ ਵਾਜ਼ ਇਨ ਦਾ ਸਵਿਮਿੰਗ ਪੂਲ ਫਾਰ 8 ਆਵਰਸ। 15 ਸਾਲ ਤੋਂ ਮੈਂ ਹਰ ਰੋਜ਼ 8 ਘੰਟੇ ਸਵਿਮਿੰਗ ਪੂਲ ਛੁੱਟਣਾ। ਯੂ ਆਰ ਟਾਕਿੰਗ ਅਬਾਊਟ ਲੱਕ? ਨੋ, ਦੇਰ ਇਜ਼ ਨੋ ਲੱਕ। ਆਈ ਸੁਜੈਸਟ ਯੂ ਜਸਟ ਫਾਰ 5 ਈਅਰਸ ਯੂ ਗੋ ਟੂ ਦਾ ਸਵਿਮਿੰਗ ਪੂਲ ਫਾਰ 8 ਆਵਰਸ, ਤੂੰ ਆਸ ਉਹ ਵੀ ਜਿੱਤ ਸਕਦਾ, ਯੂ ਕੈਨ ਆਲਸੋ ਵਿਨ ਦਾ ਗੋਲਡ ਮੈਡਲ। ਮੈਂ ਬੱਚੇ ਨੂੰ ਕਿਹਾ, ਮੈਂ ਕਿਹਾ ਤੂੰ ਕਦੇ ਕੀਤਾ ਹੈ? ਕੀ ਚਾਹੁੰਦਾ ਤੂੰ ਇੱਕ ਸਾਲ ਲਈ 8 ਘੰਟੇ ਡੇਲੀ ਕਰਨਾ ਸ਼ੁਰੂ ਕਰ ਦੇ? ਦੋਨੇ ਨਹੀਂ ਕਰਦੇ ਸੀ, ਉਸ ਪਾਸੇ ਸਾਡਾ ਧਿਆਨ ਘੱਟ ਹੈ। ਸੋ ਸਭ ਤੋਂ ਪਹਿਲਾਂ ਤਾਂ ਸਾਡੀ ਪ੍ਰੋਬਲਮ ਕੀ ਹੈ ਕਿ ਅਸੀਂ ਡਰੀਮ ਨਹੀਂ ਲੈ ਰਹੇ, ਅਸੀਂ ਸੀਡੀ ਨਹੀਂ ਬੀਜ ਰਹੇ, ਅਸੀਂ ਏਮ ਨਹੀਂ ਬਣਾ ਰਹੇ, ਅਸੀਂ ਨਿਸ਼ਾਨਾ ਨਹੀਂ ਬਣਾ ਰਹੇ, ਅਸੀਂ ਟੀਚਾ ਨਹੀਂ ਮਤ ਰਹੇ, ਅਸੀਂ ਮਨੋਰਥ ਨਹੀਂ ਬਣਾ ਰਹੇ, ਅਸੀਂ ਲਕਸ਼ ਨਹੀਂ ਬਣਾ ਰਹੇ। ਜਦੋਂ ਅਸੀਂ ਆਪਣਾ ਲਕਸ਼ ਬਣਾ ਲਿਆ, ਜਦੋਂ ਅਸੀਂ ਆਪਣਾ ਮਨੋਰਥ ਬਣਾ ਲਿਆ, ਤੁਸੀਂ ਇੱਥੇ ਬੈਠੇ ਹੋ, ਮੈਂ ਸਮਝ ਸਕਦਾ 200-300 ਇੱਥੇ ਬਿਠਾਈ, ਕੈਨ ਪ੍ਰੂਵ ਯੂ ਵਨ ਲਾਈਨ ਕੈਨ ਚੇਂਜ ਦਾ, ਵਨ ਲਾਈਨ ਕੈਨ ਚੇਂਜ ਦਾ ਲਾਈਫ ਐਂਡ ਵਿਦ ਇਨ ਨੋ ਮਿਨਟ। ਮੈਂ ਹੁਣ ਤੁਸੀਂ ਇੱਕ ਲਾਈਨ ਲਿਖੋ, ਨੈਕਸਟ ਮੂਮੈਂਟ 'ਤੇ ਤੁਸੀਂ ਚੇਂਜ ਹੋ ਜਾਓ। ਫਾਰ ਐਗਜ਼ਾਮਪਲ, ਆਈ ਕੈਨ ਪ੍ਰੂਵ ਇਟ, ਤੁਹਾਡੇ ਟੀਚਰ ਦੇ ਸਾਹਮਣੇ ਪ੍ਰੂਵ ਕਰ ਦਿਓ। ਇਹ ਬੱਚਾ ਬੈਠਾ ਮੇਰੇ ਸਾਹਮਣੇ, ਇਹ ਕਹੇ ਕਿ ਆਈ ਵਿਲ ਬੀ ਏ ਆਈ ਵਾਂਟ ਟੂ ਬੀ ਅ IPS ਆਫਿਸਰ। ਜਦੋਂ ਉਹਨੇ ਲਾਈਨ ਲਿਖ ਲਈ ਕਿ ਮੈਂ IPS ਆਫਿਸਰ ਬਣਨਾ, ਦੀ ਵੈਰੀ ਨੈਕਸਟ ਮੂਮੈਂਟ
ਇਹਦੇ ਮਨ 'ਚ ਸਵਾਲ ਆਊਗਾ ਕਿ IPS ਬਣਦਾ ਕਿਵੇਂ ਹੈ। ਨਾ ਤਾਂ ਨਾਲ UPSC ਦੀ ਸਾਈਟ 'ਤੇ ਜਾਓ, ਉੱਥੇ ਦੇਖੋਗੇ IPS ਬਣਨ ਲਈ ਕੀ ਕੀ ਜ਼ਰੂਰਤ ਹੈ। ਪੇਪਰ ਹੁੰਦੇ ਨੇ, ਕਿੰਨੇ ਪੇਪਰ, ਪਹਿਲਾਂ ਪ੍ਰੀ ਹੁੰਦਾ, ਫਿਰ ਮੇਨ ਹੁੰਦਾ, ਫਿਰ ਇੰਟਰਵਿਊ ਹੁੰਦੀ ਹੈ, ਫਿਜ਼ੀਕਲੀ ਰੇਸ ਹੁੰਦੀ ਹੈ, ਜੰਪ ਹੁੰਦਾ, ਹਾਈ ਜੰਪ ਹੁੰਦਾ, ਲੌਂਗ ਜੰਪ ਹੁੰਦਾ। ਅਤੇ ਵੈਰੀ ਫਰੋਮ ਦੈਟ ਮੂਮੈਂਟ ਜੇ ਉਹਨੇ ਲਿਖਿਆ ਤਾਂ ਉਹਨੇ ਦਿਲੋਂ ਲਿਖਿਆ, ਦੂਜੇ ਦਿਨ ਬਣਾ ਲਓ ਪ੍ਰੋਗਰਾਮ ਵੀ ਸਵੇਰੇ ਉੱਠ ਕੇ ਗਰਾਊਂਡ ਜਾਣਾ, ਫਿਜ਼ੀਕਲੀ ਫਿੱਟ ਹੋਣਾ ਨਾਲ ਦੀ ਨਾਲ, ਕਿਉਂਕਿ ਫਸਟ ਪੇਪਰ ਹੈ, ਕਰੰਟ ਅਫੇਅਰਸ ਹੈ, GK ਹੈ, ਡੇਲੀ ਅਖਬਾਰ ਪੜ੍ਹਨੇ ਨੇ, ਖਬਰਾਂ ਸੁਣਨੀਆਂ ਨੇ, ਲਾਈਨ ਇੱਕ ਲਿਖੀ ਹੈ, ਚੇਂਜ ਹੋਣਾ ਸ਼ੁਰੂ। ਜਦੋਂ ਤੁਸੀਂ ਹਰ ਰੋਜ਼ ਫੰਕਸ਼ਨ ਕਰਦੇ ਹੋ, ਜਿਹੜੇ ਫੰਕਸ਼ਨ 'ਤੇ ਕਾਰਡ ਛੱਪ ਜਾਂਦਾ ਨਾ, ਚਾਹੇ ਵਿਆਹ ਦਾ ਹੋਵੇ ਚਾਹੇ ਇੱਥੇ ਹੋਵੇ, ਉਹ ਫੰਕਸ਼ਨ ਹੀ ਕਾਮਯਾਬ ਹੁੰਦਾ। ਸਾਨੂੰ ਪਤਾ ਹੁੰਦਾ ਕਿੰਨੇ ਵਜੇ ਬਰਾਤ ਹੋਣਾ, ਕਿੰਨੇ ਵਜੇ ਡੋਲੀ ਤੋੜਨੇ, ਰਿਟਨ ਵਰਡ ਦਾ ਮੀਨਿੰਗ ਹੀ ਹੋਰ ਜਾਂਦਾ, ਅਤੇ ਅਸੀਂ ਕਦੇ ਉਸ ਪਾਸੇ ਧਿਆਨ ਨਹੀਂ ਦਿੰਦਾ। ਮੈਂ ਤੁਹਾਨੂੰ ਹੋਰ ਅੱਗੇ ਤੋਂ ਇਸ ਗੱਲ ਨੂੰ, ਤੁਹਾਡੇ 'ਚ ਲਾਅ ਆਫ ਅਟ੍ਰੈਕਸ਼ਨ ਬਾਰੇ ਕਿੰਨੇ ਲੋਕ ਜਾਣਦੇ ਨੇ। ਇੱਕ ਬੱਚਾ ਸਿਰਫ ਮੈਂ ਤੁਹਾਨੂੰ ਜਸਟ ਵਨ, ਇਹ ਜਿਹੜਾ ਇੱਕ ਜਾਂ ਦੋ ਸਟੂਡੈਂਟਸ ਤੁਹਾਡੇ 'ਚ, ਮੈਂ ਤੁਹਾਨੂੰ ਲਾਅ ਆਫ ਅਟ੍ਰੈਕਸ਼ਨ ਦੇ ਨਜ਼ਰੀਏ ਤੋਂ ਗੱਲ ਕਰਦਾ। ਵੈਨ ਯੂ ਗੈਟ ਅਪ ਇਨ ਦਾ ਮਾਰਨਿੰਗ, ਇਹ ਸਾਇੰਸ ਹੈ ਜੀ, ਦੇਖੋ ਲਾਅ ਆਫ ਗ੍ਰੈਵੀਟੇਸ਼ਨ ਹੈ, ਮੰਨੋ ਨਾ ਮੰਨੋ। ਪੈਸਾ ਬੱਚਿਆਂ ਨਾਲ ਆਪਾਂ ਗੱਲ ਕਰੀਏ, ਜੇ ਫਿਜ਼ਿਕਸ ਦਾ ਕੋਈ ਟੀਚਰ ਬੈਠਾ ਹੈ, ਉਹ ਤੁਹਾਨੂੰ ਸਮਝਾਉਂਦਾ ਕਿ ਧਰਤੀ ਖਿੱਚਦੀ ਹੈ, ਤੁਹਾਡੇ ਮੰਨਣ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਲਾਅ ਆਫ ਅਟ੍ਰੈਕਸ਼ਨ ਨੂੰ ਮੰਨੋ ਨਾ ਮੰਨੋ, ਇਹ ਤਾਂ ਲਾਅ ਹੈ। ਤੁਸੀਂ ਸਾਰੇ ਤੁਹਾਡਾ ਪਰਤਾ ਇਸ ਨੂੰ ਯੂਜ਼ ਕਰਦੇ ਹੋ। ਤੁਸੀਂ ਸਮਟਾਈਮਸ ਕਹਿੰਦੇ ਹੋ ਯਾਰ ਤੈਨੂੰ ਯਾਦ ਕੀਤਾ ਸੀ, ਤੇਰਾ ਫੋਨ ਆ ਗਿਆ। ਬੇਸਿਕਲੀ ਤੁਸੀਂ ਕੀ ਕਰ ਰਹੇ ਹੋ, ਕੰਟੈਕਟ ਕਰ ਰਹੇ ਹੋ। ਅਸਲ ਹੈ ਕੀ, ਟ੍ਰਾਈ ਟੂ ਅੰਡਰਸਟੈਂਡ ਦਿਸ ਪੁਆਇੰਟ, ਫੋਰ ਦਿਸ, ਫੋਰ ਸਕਸੈਸ ਯੂ ਮਸਟ ਨੋ ਲਾਅ ਆਫ ਅਟ੍ਰੈਕਸ਼ਨ। ਦਿਸ ਇਜ਼ ਨਿਊ ਡਿਮੈਂਸ਼ਨ। ਜਦੋਂ ਮੈਂ ਡਾਇਰੈਕਟਰ ਦੇ ਤੌਰ 'ਤੇ ਆਇਆ ਨਾ, ਤਾਂ ਮੈਂ ਉਹਦੇ 'ਚ ਕੀ ਕਰਦਾ, ਇੱਕ ਵੀਕਲੀ ਲੈਕਚਰ ਦਿੰਦਾ ਉਹਨਾਂ ਨੂੰ ਮੋਟੀਵੇਸ਼ਨ, ਔਰ ਉਹਦੇ 'ਚ ਲਾਅ ਆਫ ਅਟ੍ਰੈਕਸ਼ਨ ਉਹਨਾਂ ਨੂੰ ਮੈਂ ਸਿਖਾਉਣਾ ਕੀ ਹੈ। ਇਹ ਤਾਂ ਸਮਝ ਲਓ ਆਪਣੇ ਆਪ ਹੀ ਆ। ਆਪਣੇ ਜਦੋਂ ਅਸੀਂ ਉੱਠਦੇ ਹਾਂ ਸਵੇਰੇ, ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਸਾਡੇ ਬ੍ਰੇਨ ਦੇ ਵਿੱਚ, ਸਾਡੇ ਮਾਇੰਡ ਦੇ, ਦਿਮਾਗ ਦੇ ਵਿੱਚ ਤਕਰੀਬਨ 60,000 ਤੋਂ ਲੈ ਕੇ 80,000 ਥੋਟਸ ਆਉਂਦੇ ਨੇ। ਇਹ ਜਿਹੜੇ 80,000 ਥੋਟਸ ਨੇ, ਜਦੋਂ ਇਹ ਦਿਮਾਗ ਨੇ ਚੱਲੀ ਜਾਣਾ ਹੁੰਦਾ, ਜਦੋਂ ਜਾਗ ਪਏ ਤਾਂ ਉਹਦੇ ਚੱਲਣਾ, ਕਮਿਊਨੀਕੇਟ ਹੋਈ ਜਾਣਾ। ਬਹੁਤ ਬਹੁਤ ਗੱਲ ਨਹੀਂ ਕਰਦੇ ਆਪਾਂ, ਜੇ ਤੁਸੀਂ ਬਾਡੀ ਤਾਂ ਇੱਥੇ ਬੈਠੀ ਹੈ ਤੁਹਾਡੀ, ਤੁਸੀਂ ਕਲਾਸ 'ਚ ਬੈਠੇ ਹੋ, ਤੁਹਾਨੂੰ ਟੀਚਰ ਕਹਿੰਦਾ ਸਰ ਸੋਰੀ ਸਰ ਦੱਸਿਓ, ਮੇਰਾ ਧਿਆਨ ਕਿਸੇ ਹੋਰ ਪਾਸੇ ਸੀ, ਕਹਿੰਦੇ ਆ ਨਾ, ਇਹਦਾ ਮਤਲਬ ਬਾਡੀ ਨਾਲ ਕੋਈ ਲਿੰਕ ਨਹੀਂ, ਧਿਆਨ ਕਿਤੇ ਹੋਰ ਸੀ, ਧਿਆਨ ਮੀਨਸ ਤੁਹਾਡੇ ਮਨ ਦੇ ਵਿੱਚ ਕੁਛ ਹੋਰ ਸੀ। ਸੋ ਜਿਹੜਾ ਵਾਰ ਵਾਰ ਜਿਹੜੀ ਗੱਲ ਤੁਸੀਂ ਸੋਚਦੇ ਹੋ, ਲਗਾਤਾਰ ਸੋਚਦੇ ਹੋ, ਕੰਟੀਨਿਊਸਲੀ ਸੋਚਦੇ ਹੋ, ਵਿਜੂਲਾਈਜ਼ ਕਰਦੇ ਹੋ, ਉਸਨੂੰ ਲਗਾਤਾਰ ਵਿਜੂਲਾਈਜ਼ ਕਰਦੇ ਹੋ, ਜਦੋਂ ਉਹ ਡ੍ਰੀਮ ਤੁਹਾਡਾ ਡਿਜ਼ਾਇਰ 'ਚ ਬਦਲ ਜਾਂਦਾ, ਵਰਨਿੰਗ ਡਿਜ਼ਾਇਰ 'ਚ ਬਦਲ ਜਾਂਦਾ, ਤਾਂ ਤੁਹਾਡੇ ਮਨ ਦੇ ਵਿੱਚ ਵਾਈਬ੍ਰੇਸ਼ਨ ਕ੍ਰੀਏਟ ਹੁੰਦੀ ਹੈ, ਤੁਹਾਡੇ ਬ੍ਰੇਨ ਦੇ ਵਿੱਚ ਵਾਈਬ੍ਰੇਸ਼ਨ ਕ੍ਰੀਏਟ ਹੁੰਦੀ ਹੈ। ਹਾਂ, ਸੱਤ, ਬਿਲਕੁਲ, ਤੁਸੀਂ ਉਸ ਏਰੀਏ ਦੀ ਹੈ, ਸੱਤਵੇਂ 'ਚ ਪੜ੍ਹਦੀ ਹੈ। ਹੁਣ ਸਕ੍ਰਿਪਟ ਇਹ ਕਹਿੰਦੀ ਹੈ, ਦਾਦੀ ਭੂਆ ਪਿੰਡ ਘਰ ਦੀਆਂ ਬਜ਼ੁਰਗ ਔਰਤਾਂ ਬੈਠ ਕੇ ਸਲਾਹ ਕਰਦੀਆਂ ਨੇ ਕਿ ਹੁਣ ਤਾਂ ਛੋਟੀ ਹੈ, ਕੱਲ੍ਹ ਨੂੰ ਜਦੋਂ ਵੱਡੀ ਹੋ ਗਈ ਇਹਨੂੰ ਕੌਣ ਸੰਭਾਲੂ, ਨੇਤਾ ਪ੍ਰਤੀ ਇਹਦੀ ਕੌਣ ਦੇਖੂ, ਕਿਉਂ ਨਾ ਇਹਨੂੰ ਆਪਾਂ ਮਾਰ ਦਈਏ। ਫਿਰ ਮਾਰਨ ਦੀ ਵੀ ਸਲਾਹ ਹੁੰਦੀ ਹੈ ਕਿ ਕਿਵੇਂ ਮਾਰਿਆ ਜਾਵੇ, ਕੋਈ ਕਹਿੰਦਾ ਟੀਕਾ ਲਵਾ ਦਈਏ, ਕੋਈ ਕਹਿੰਦਾ ਇਹਨੂੰ ਆਪਾਂ ਕਣਕ ਵਾਲੀ ਦਵਾਈ, ਉਹਨੂੰ ਮਾਰਨ ਦੀ ਸਲਾਹ ਹੁੰਦੀ। ਅਲਟੀਮੇਟਲੀ ਸਕੂਲ ਦਾ ਟੀਚਰ ਆਉਂਦਾ, ਉਹ ਰੋਕਦਾ, ਕਹਿੰਦਾ ਇਹ ਨਾ ਕਰੋ, ਹੋ ਗਿਆ ਬੱਚੇ ਤੋਂ ਗਲਤੀ ਹੋ ਗਈ, ਪਰ ਇਹਦਾ ਕੀ ਕਸੂਰ ਹੈ, ਉਹਨੂੰ ਪੜ੍ਹਨ ਲਾਓ, ਉਹਨੂੰ ਪੜ੍ਹਨ ਲਾ ਦਿੱਤਾ ਜਾਂਦਾ। ਉਹ ਵੀ ਲੋਅ ਕਰਦੀ ਹੈ, ਯੂਨੀਵਰਸਿਟੀ 'ਚ ਆ ਜਾਂਦੀ ਹੈ, ਸਾਡੀ ਹੋਸਟਲ 'ਚ ਰਹਿੰਦੀ ਹੈ, ਬੱਬਰ ਰਾਏਵਾਲ ਦਾ ਪ੍ਰਿੰਸੀਪਲ, ਵਾਈਸ ਚਾਂਸਲਰ, LLM ਕਰਦੀ ਹੈ, LLM ਤੋਂ ਬਾਅਦ ਨੈੱਟ ਕਲੀਅਰ ਕਰਦੀ ਹੈ, ਔਰ ਜੁਡੀਸ਼ਰੀ ਕਲੀਅਰ ਕਰਕੇ ਅੱਜ ਕੱਲ੍ਹ ਉਹ ਸੰਗਰੂਰ ਜੱਜ ਲੱਗੀ ਹੋਈ ਹੈ, ਜਿਹਦੇ ਦੋਨੇ ਹੱਥ ਨਹੀਂ ਹਨ, ਬਿਲਕੁਲ ਹੱਥ ਨਹੀਂ। ਔਰ ਕਮਾਲ ਇਹ ਹੈ, ਉਸ ਕੁੜੀ ਨੇ ਰਾਈਟਰ ਨਹੀਂ ਲਿਆ, ਉਹ ਕੁੜੀ ਕੀ ਕਰ ਰਹੀ ਹੈ, ਆਪ ਹੱਥਾਂ ਨਾਲ ਲਿਖਦੀ ਹੈ, ਫਿਲਮ 'ਚ ਅਸੀਂ ਦਿਖਾਵਾਂਗੇ, ਉਸ ਤੋਂ ਬਾਅਦ ਉਹ ਉਸੇ ਹੱਥਾਂ ਨਾਲ ਲਿਖਦੇ ਦਿਖਾਵਾਂਗੇ, ਗੁੱਟਾਂ ਨਾਲ।
ਦੂਜੀ ਕੁੜੀ ਨੂੰ ਵੀ ਤੁਸੀਂ ਜਾਣਦੇ ਹੋ, ਉਹ ਵੀ ਕੋਈ ਜ਼ਿਆਦਾ ਦੂਰ ਨਹੀਂ। ਜੇ ਆਪਾਂ ਨਾਭੇ ਤੋਂ ਮਰੇਕੋਲੇ ਜਾਈਏ, ਅਮਰਗੜ੍ਹ ਦੇ ਝੂੰਦਾ ਪਿੰਡ ਦੀ ਨਰਸਿੰਗ ਕਰਦੀ ਦੀ ਲੱਤ ਕੱਟੀ ਗਈ, ਗਲਤੀ ਹੋਈ, ਐਕਸੀਡੈਂਟ ਹੋਇਆ, ਗੈਂਗਰੀਨ ਹੋਈ, ਲੱਤ ਕੱਟਤੀ, ਪਿਓ ਉਹਦੇ ਵੀ ਨਹੀਂ ਸੀ। ਫਿਰ ਉਹਨੇ ਬੈਠੇ ਦੇ ਟੀਵੀ 'ਤੇ ਇੱਕ ਪ੍ਰੋਗਰਾਮ ਦੇਖਿਆ, ਉਹ 'ਚ ਵਿਨੋਦ ਠਾਕਰ ਦਾ ਡਾਂਸ, ਉਹ ਕੁੜੀ ਨੇ ਡਾਂਸ ਕਰਨਾ ਸ਼ੁਰੂ ਕੀਤਾ ਇੱਕ ਲੱਤ ਨਾਲ, ਔਰ ਉਹ ਸਮਰੀਤ ਘੁੰਮਣ ਦੇ ਨਾਂ 'ਤੇ ਕਿੰਨੀ ਮਸ਼ਹੂਰ ਹੋਈ। ਚਲੋ ਇਹ ਵੀ ਮੰਨ ਲਓ, ਇੱਕ ਹੋਰ ਕੁੜੀ ਹੈ 88 ਦਾ ਬਰਥ ਆ ਉਹਦਾ। ਦੇਖੋ ਤੁਹਾਨੂੰ ਦੱਸਿਆ ਜਿਵੇਂ ਪਾਪੂਲਰ ਹੋਣ ਲਈ ਤਿੰਨ ਚੀਜ਼ਾਂ 'ਚ ਉਹਨੇ ਬਚਪਨ 'ਚ ਫੈਸਲਾ ਕਰ ਲਿਆ ਕਿ ਮੈਂ ਪਾਪੂਲਰ ਹੋਣਾ। ਉਹਨੇ ਕੀ ਕੀਤਾ ਜੀ, ਵਾਲੀਬਾਲ ਖੇਡਣੀ ਸ਼ੁਰੂ ਕਰਤੀ 19 ਸਾਲ ਦੀ ਉਮਰ 'ਚ, ਇੰਡੀਆ ਦੀ ਟੀਮ 'ਚ ਆ ਗਈ। ਲਖਨਊ ਤੋਂ ਜਾ ਰਹੀ ਆ ਉਹ ਦਿੱਲੀ, ਗੱਡੀ ਦੇ ਵਿੱਚ ਨਾ ਸਨੈਚਰ ਚੜ ਗਏ, ਜਦੋਂ ਉਹਦੀ ਚੇਅਰ ਖਿੱਚਣ ਲੱਗੇ ਜਿਹੜੀ ਗਲੇ ਵਾਲੀ, ਉਹਨੇ ਰਜਿਸਟ ਕੀਤਾ। ਉਹਨਾਂ ਨੇ ਡਾਕੂਆਂ ਨੇ ਕੀ ਕੀਤਾ, ਉਹਨੂੰ ਚੱਕ ਕੇ ਚੱਲਦੀ ਟ੍ਰੇਨ 'ਚ ਥੱਲੇ ਸੀ, ਦੂਜੇ ਪਾਸੇ ਵੀ ਟ੍ਰੇਨ ਹੋਰ ਆਉਂਦੀ ਸੀ, ਉਹਦੀ ਲੱਤ ਦੇ ਉੱਤੋਂ ਦੀ ਨਿਕਲ ਗਈ। 4.5 ਮਹੀਨੇ ਉਹ ਏਮਜ਼ ਹੋਸਪਿਟਲ 'ਚ ਆਈ, ਔਰ ਹੋਸਪਿਟਲ 'ਚ ਬੈਠੀ ਬੈਠੀ ਨੇ ਮਨ ਬਣਾ ਲਿਆ ਕਿ ਕੁਛ ਐਸਾ ਕਰਨਾ। ਔਰ ਜਦੋਂ ਬਾਹਰ ਆਈ, ਇੱਕ ਸਾਡਾ ਐਵਰੈਸਟ ਵਿਨਰ ਹੈ ਵਿਚੰਦਰੀ ਪਾਲ, ਉਹ ਉਹਦੇ ਕੋਲ ਗਈ, ਉਹਨੂੰ ਕਹਿੰਦੀ ਮੈਂ ਚੜ੍ਹਨਾ ਐਵਰੈਸਟ। ਉਹ ਕਹਿੰਦੇ ਤੇਰੇ ਇੱਕ ਲੱਤ, ਉਹ ਕਹਿੰਦੇ ਤੂੰ ਇਹ ਦੱਸ ਤੂੰ ਟ੍ਰੇਨਿੰਗ ਦੇਣੀ ਹੈ। ਕਮਾਲ ਇਹੋ ਹੀ, ਉਹ ਲਿਖਦਾ ਹੈ ਕਿ ਇੰਨਾ ਕੌਨਫੀਡੈਂਸ ਕੁੜੀ 'ਚ, ਅਤੇ ਮੈਂ ਉਹਨੂੰ ਹਾਂ ਕਰਤੀ, ਇੱਕ ਸਾਲ ਦੀ ਟ੍ਰੇਨਿੰਗ ਲਈ ਦੇਹਰਾਦੂਨ, ਉਹ ਤੋਂ ਬਾਅਦ ਉਹ ਐਵਰੈਸਟ 'ਤੇ ਚੜ੍ਹਨ ਲਈ 52 ਦਿਨ ਲੱਗੇ। ਕਮਾਲ ਇਹੋ ਹੀ, ਜਿਸ ਦਿਨ 52 ਦਿਨ ਸੀ, ਨੇੜੇ ਸੀ ਉਹ ਮਾਊਂਟ ਐਵਰੈਸਟ 'ਤੇ, ਆਕਸੀਜਨ ਖਤਮ ਹੋ ਗਈ, ਬੇਸ ਕੈਂਪ ਤੋਂ ਆਇਆ ਸੁਨੇਹਾ ਕਿ ਤੂੰ ਵਾਪਸ ਆ ਜਾ। ਉਹ ਕਹਿੰਦੀ ਕਮਾਲ ਹੈ, ਵੀ ਮੰਜ਼ਿਲ ਦੇ ਇੰਨੇ ਨੇੜੇ ਪਹੁੰਚ ਕੇ ਮੈਂ ਵਾਪਸ ਆ ਜਾ, ਬਿਨਾਂ ਲੱਤ ਤੋਂ, ਬਿਨਾਂ ਆਕਸੀਜਨ ਤੋਂ। ਉਹ ਦੁਨੀਆ ਦੀ ਪਹਿਲੀ ਕੁੜੀ ਬਣੀ ਜਿਹੜੀ ਮਾਊਂਟ ਐਵਰੈਸਟ 'ਤੇ ਚੜ੍ਹੀ। ਉਹਦਾ ਨਾਂ ਹੈ ਅਨੁਰਿਮਾ ਸਿਨਹਾ। 88 ਦਾ ਬਰਥ ਹੈ। ਮੈਂ ਕਿਤਾਬ ਦਾ ਮੁੱਖਬੰਧ ਲਿਖਿਆ ਜੀ, 2 ਮਹੀਨੇ ਪਹਿਲਾਂ ਚੰਡੀਗੜ੍ਹ ਉਹਨੂੰ ਇਨੈਗੁਰਲ ਲਈ ਬੁਲਾਇਆ ਸੀ। ਜਿੰਨੀਆਂ ਕੌਮੀਆਂ ਐਗਜ਼ਾਮਪਲਸ ਨੇ, ਸਿੰਪਲ ਗੱਲ ਹੈ, ਕੁਛ ਕਰਨ ਲਈ ਮੌਸਮ ਨਹੀਂ, ਮਨ ਚ ਹੈ। ਤਾਂ ਹੁਣ ਮੈਂ ਤੁਹਾਨੂੰ ਫਿਰ ਸਵਾਲ ਪੁੱਛਦਾ, ਮਨ ਬਣ ਗਿਆ ਤੁਹਾਡਾ? ਆਪਦਾ ਏਮ ਬਣਾਓਗੇ? ਹੈ ਕਦੋਂ ਬਣਾਓਗੇ? ਕੱਲ ਨੂੰ? ਅੱਜ? ਗੁੱਡ ਗੁੱਡ ਗੁੱਡ। ਹੁਣੇ ਮਨ 'ਚ ਹੁਣੇ ਬਣਾਓ, ਫਿਰ ਜਾ ਕੇ ਲਿਖਿਓ। ਜਿਹੜਾ ਲਾਅ ਆਫ ਅਟ੍ਰੈਕਸ਼ਨ ਹੈ, ਇਹ ਜਿੰਨਾ ਲਿਖੋਗੇ ਉਨੇ ਜ਼ਿਆਦਾ ਕੰਮ ਕਰਦਾ, ਜਿੰਨਾ ਜ਼ਿਆਦਾ ਲਿਖੋ। ਹੁਣ ਮੈਂ ਤੁਹਾਨੂੰ ਗੱਲਾਂ ਬਹੁਤ ਹੋ ਸਕਦੀਆਂ ਨੇ, ਪਰ ਤੁਹਾਡੇ ਨਾਲ, ਕਿਉਂਕਿ ਮੈਨੂੰ ਪਤਾ ਲੰਚ ਟਾਈਮ 'ਤੇ ਕੁਛ ਬੱਚੇ ਖੜ੍ਹੇ ਨੇ, ਮੈਂ ਤੁਹਾਨੂੰ ਇਹ ਤਾਂ ਸੁਨੇਹਾ ਦਿੰਦਾ ਕਿ ਆਪਾਂ ਇੱਕ ਮਨ ਬਣਾਈਏ ਕੁਛ ਵੱਡਾ ਕਰਨ ਦਾ। ਜ਼ਿਆਦਾ ਉਹ ਲਿਖੋ ਚੀਜ਼, ਹਮੇਸ਼ਾ ਉਹ ਕੰਮ ਕਰੋ ਜਿਹੜਾ ਲੋਕ ਕਹਿ ਰਹੇ ਯਾਰ ਇਹਨੂੰ ਹੋਇਆ ਕੀ ਹੈ, ਲੋਕ ਇਹ ਕਹਿਣ ਤੁਹਾਡੇ ਸਾਹਮਣੇ ਹੋ ਰਿਹਾ। ਜੇ ਬੰਦਿਆਂ ਨੇ ਐਸੇ ਸੁਪਨੇ ਲੈ ਲਏ, ਚਲੋ ਪੂਰੇ ਹੁੰਦੇ ਦੇਖੇ ਨੇ, ਦਿੱਲੀ 'ਚ ਹੁਣ ਦੇਖੀ ਜੀ ਤੁਸੀਂ, ਅਜਿਹਾ ਕੁਛ ਨਹੀਂ ਕਿ ਨਹੀਂ ਹੋ ਸਕਦਾ, ਸਾਰਾ ਕੁਛ ਤੁਹਾਡੇ ਸਾਹਮਣੇ ਵਾਪਰ ਰਿਹਾ। ਲੇਕਿਨ ਮੈਂ ਤੁਹਾਨੂੰ ਇੱਕ ਸੁਪਨਾ ਸੁਜੈਸਟ ਕਰਕੇ ਚੱਲਿਆ। ਸੁਪਨੇ ਤਾਂ ਜਿਹੜੇ ਮਰਜ਼ੀ ਦੇਖੋ, ਇੱਕ ਗੱਲ ਇਹ ਹੈ, ਜਿਹੜਾ ਬੰਦਾ ਬੋਲ ਸਕਦਾ ਉਹ ਗਾ ਵੀ ਸਕਦਾ, ਜਿਹੜਾ ਤੁਰ ਸਕਦਾ ਉਹ ਨੱਚ ਵੀ ਸਕਦਾ। ਤੁਸੀਂ ਤੁਰਨਾ ਕੀ ਹੈ, ਨੱਚਣਾ ਕਿਵੇਂ ਹੈ, ਗਾਉਣਾ ਕਿਵੇਂ ਹੈ, ਉਹ ਤੁਸੀਂ ਆਪ ਦੇਖੋ। ਜਿਹਨੇ ਬੰਦੇ ਨੇ ਕੋਠੇ 'ਤੇ ਚੜ੍ਹਨਾ ਉਹਦੇ ਲਈ ਤਾਂ ਪੌੜੀ ਹੈ, ਜਿਹਨੇ ਅਡਾਰੀਆਂ ਅਸਮਾਨ 'ਚ ਲਾਉਣੀਆਂ ਨੇ ਉਹਨੂੰ ਕਿਸੇ ਪੌੜੀ ਦੀ ਲੋੜ ਨਹੀਂ ਹੈ। ਉਹਨੇ ਤਾਂ ਆਪ ਦੇਖਣਾ ਕਿ ਮੈਂ ਕਿੰਨਾ ਉੱਚੀ ਉੱਡਣਾ। ਤੁਸੀਂ ਉਹ ਵੱਡੀਆਂ ਅਡਾਰੀਆਂ ਲਈ ਤਿਆਰ ਹੋਵੋ, ਅਤੇ ਉਹਦੇ ਲਈ ਤਿਆਰ ਹੋਣੀ ਇੰਡੀਆ ਦੇ ਵਿੱਚ ਕਿਸ ਕਿਸਮ ਦਾ ਸੁਪਨਾ ਹੋ ਸਕਦਾ, ਉਹ ਮੈਂ ਤੁਹਾਨੂੰ ਅੱਜ ਇੱਕ ਸੁਜੈਸਟ ਕਰਕੇ ਚੱਲਿਆ। ਇੰਡੀਆ ਦੇ ਇਸ ਧਰਤੀ 'ਤੇ ਸਭ ਤੋਂ ਵੱਡਾ ਜਿਹੜਾ ਸੁਪਨਾ ਹੈ ਉਹ IAS ਦਾ ਅਫਸਰ, ਔਰ IAS ਜਿਹੜਾ ਹੈ ਉਹ ਜਿਹੜਾ ਇਸ ਨੂੰ ਸ਼ੁਰੂ ਕਰ ਲੂਗਾ, ਬਾਕੀ ਗੱਲਾਂ ਤਾਂ ਆਪਣੇ ਆਪ ਹੀ ਹੋ ਜਾਣਗੀਆਂ। ਸਪੋਜ਼ ਜਿਹੜਾ IAS ਦੀ ਤਿਆਰੀ ਸ਼ੁਰੂ ਕਰ ਲੂਗਾ, ਨੈਟ ਉਹਦਾ ਕਲੀਅਰ ਹੋ ਜੂਗਾ। ਮੈਂ ਕਹਿੰਦਾ JRF ਆਲਮੋਸਟ JRF ਤਾਂ ਉਹਦੀ ਕਲੀਅਰ ਸਮਝੋ, ਜੇ ਹੁਣੇ ਤੋਂ IAS ਦੀ ਤਿਆਰੀ ਕਰਨੀ ਸ਼ੁਰੂ ਕਰ।
ਕਿਉਂਕਿ ਪਹਿਲਾ ਪੇਪਰ ਤਿਆਰ ਦੂ ਮੈਨੂੰ ਨਾ ਕਈ ਵਾਰੀ ਇਸ ਤਰ੍ਹਾਂ ਦਾ 2 ਸਾਲ ਪਹਿਲਾਂ ਮੈਨੂੰ ਆਡਿਟ ਡਿਪਾਰਟਮੈਂਟ ਦਾ ਲੈਟਰ ਆਇਆ ਜੀ ਤੁਹਾਡੇ ਪਿਛਲੇ ਸਾਲ ਕਿੰਨੇ IAS ਬਣੇ ਮੈਂ ਯਾਰ ਤੁਸੀਂ ਆ ਕੇ ਚਾਹ ਪੀ ਲਓ ਤੁਹਾਨੂੰ ਉੱਥੇ ਦੱਸ ਦੂੰਗਾ ਉਹ ਆਡਿਟ ਪਾਰਟੀ ਆ ਗਈ ਮੈਂ ਚਾਹ ਪੀਤੇ ਪੀਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਪੜ੍ਹੇ ਲਿਖੇ ਲੱਗਦੇ ਹੋ ਮੈਨੂੰ ਦੱਸੋ ਵੀ ਸੌਖੀ ਤੋਂ ਸੌਖੀ MA ਕਿਹੜੀ ਹੈ ਕਹਿੰਦੀ ਜੀ ਹਿਸਟਰੀ ਦੀ ਮੈਂ ਕਿਹਾ ਹਿਸਟਰੀ ਦੀ MA ਨੂੰ ਕਰਨ ਲਈ ਕਿੰਨੇ ਸਾਲ ਦੇ 2 ਸਾਲ ਮੈਂ ਕਿਹਾ ਵੀ ਇੱਥੇ ਅਸੀਂ 4 ਮਹੀਨੇ ਦਾ ਕੋਰਸ ਕਰਾਉਂਦੇ ਹਾਂ ਸਲੂਕ ਕਾਸਟ ਲਈ ਫਰੀ ਹੈ 3,000 ਰੁਪਇਆ ਸਟਾਈਫਨ ਦਿੰਦੇ ਹਾਂ ਔਰ ਬਾਕੀਆਂ ਨੂੰ ਸਿਰਫ 4 ਮਹੀਨੇ ਦੇ 20,000 ਲੈਂਦੇ ਹਾਂ ਅਤੇ ਤੁਸੀਂ ਸੋਚਦੇ 4 ਮਹੀਨੇ 40 ਸੋਚੋ ਮੈਨੂੰ ਕਹਿੰਦੀ ਫਿਰ ਤੁਸੀਂ ਕਿਉਂ ਬੈਠੇ ਹੋ ਮੈਂ ਫਿਰ ਉਹਨੂੰ ਕਿਹਾ ਮੈਂ ਕਿਹਾ ਮੈਂ ਤਾਂ ਇੱਕ ਏਮ ਲੈ ਕੇ ਚੱਲਿਆ ਕਿ ਮੈਂ ਤਾਂ ਦਿੱਲੀ ਨੂੰ ਗੱਡੀ ਚਲਾਈ ਹੈ ਇੱਕ ਔਰ ਇਹ ਯਕੀਨ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਕਿ ਦਾਅਵਾ ਕਰਦਾ ਜਿਹੜਾ ਗੱਡੀ 'ਚ ਬੈਠ ਜੂ ਕਿਤੇ ਨਾ ਕਿਤੇ ਜ਼ਰੂਰ ਉਤਰ ਕੋਈ ਪਟਿਆਲੇ ਉਤਰ ਜੂ ਕੋਈ ਜਲੰਧਰ ਉਤਰ ਜੂ ਕੋਈ ਚੰਡੀਗੜ੍ਹ ਕੋਈ ਇੱਕ ਅੱਧਾ ਦਿੱਲੀ ਵੀ ਚਲਾ ਜਾਊ ਮੈਨੂੰ ਲੱਗਿਆ ਉਹਨੂੰ ਮੇਰੀ ਗੱਲ ਸਮਝ ਨਹੀਂ ਆਈ ਕੀ ਪਤਾ ਸਾਹਿਤ ਪੜ੍ਹਿਆ ਕਿ ਨਹੀਂ ਪੜ੍ਹੇ ਮੈਂ ਉਹਨੂੰ ਕਿਹਾ ਮੈਂ ਕਿਹਾ ਕੋਈ ਕਲਰਕ ਬਣ ਜੂ PO ਬਣ ਜੂ BDO ਬਣ ਜੂ ਕੋਈ DSP ਬਣ ਜੂ ਇੱਕ ਅੱਧਾ PCS ਕਰਕੇ ਚੰਡੀਗੜ੍ਹ ਪਹੁੰਚ ਜੂ ਇੱਕ ਅੱਧਾ IAS ਕਰਕੇ ਦਿੱਲੀ ਵੀ ਪਹੁੰਚ ਜੂ ਉਹ ਕਹਿੰਦਾ ਜਾਂ ਤਾਂ ਅਸੀਂ ਇੱਕ ਗੱਲ ਸੋਚਿਆ ਹੀ ਨਹੀਂ ਸੀ ਉਹਦੀ ਬੇਟੀ ਇਕਨੋਮਿਕਸ ਦੀ MA ਸੀ ਉਹਨੂੰ ਲੈ ਕੇ ਆਇਆ ਕਹਿੰਦਾ ਜੀ ਇਹਨੂੰ ਵੀ ਗਾਈਡ ਕਰੋ ਮੈਂ ਤੁਹਾਨੂੰ ਇਹੀ ਕਹਿਣਾ ਜਿਹੜਾ ਇਹਦੀ ਤਿਆਰੀ ਕਰੂਗਾ ਜਿਹੜਾ ਸੁਪਨਾ ਮੈਂ ਦੇ ਰਿਹਾ ਤਾਂ ਤੁਸੀਂ ਜਿੱਥੇ ਜਾਣਾ ਉਹਦੇ 'ਚ ਉਹਦਾ ਫਾਇਦਾ ਹੋਊਗਾ ਸਿੰਪਲ ਗੱਲ ਹੈ ਕਿ ਤੁਸੀਂ ਇਹ ਸੁਪਨਾ ਲਾਉਂਦੇ ਜ਼ਿੰਦਗੀ ਦੇ ਹਰ ਮੋੜ 'ਤੇ ਤੁਹਾਨੂੰ ਫਾਇਦਾ ਹੋਵੇਗਾ ਸੋ ਉਹ ਸੁਪਨਾ ਕੀ ਹੈ ਉਹ IAS ਦਾ IAS ਕੀ ਹੁੰਦਾ IAS ਐਡਮਿਨਿਸਟ੍ਰੇਸ਼ਨ ਇਹ ਹੈ IAS ਐਂਡ ਜਿਹੜਾ ਅਲਾਈਡ ਸਰਵਿਸਿਸ ਹੁਣ ਇੱਕ ਪ੍ਰੋਬਲਮ ਪਤਾ ਕੀ ਹੁਣ ਇਹਦੇ 'ਚ ਕੀ ਹੈ ਕਿ ਜੇ ਕਿਸੇ ਨੂੰ ਪੁੱਛੀ IAS ਕੀ ਹੈ ਉਹ ਕਹੂਗਾ ਜੀ IAS DC ਬਣਦਾ ਬੱਚਿਓ ਜਿਹੜਾ IAS ਹੈ ਉਹ ਇੱਕ ਨਹੀਂ ਇੰਡੀਆ ਦੀਆਂ 24 ਜਿਹੜੀਆਂ ਵੱਡੀਆਂ ਸਰਵਿਸਿਸ ਨੇ ਉਹ IAS ਤੋਂ ਪਹਿਲੀ ਇਹ 3 ਸਰਵਿਸਿਸ ਵੀ ਜਿਹੜੇ ਟੋਪ ਸਰਵਿਸਿਸ ਇਸ ਧਰਤੀ ਦੀਆਂ ਬਣਦੇ ਆ ਉਹ ਹੈ IAS IPS IFS ਬਾਕੀ ਸਰਵਿਸਿਸ ਵੀ ਬਹੁਤ ਵਧੀਆ ਨੇ ਉਹ ਵੀ ਟੋਪ ਨੇ IRS ਕੇਜਰੀਵਾਲ IRS ਦੋ ਵਾਰ IRS ਇੰਡੀਅਨ ਰੈਵਨਿਊ ਸਰਵਿਸ ਜਿਹੜੀਆਂ ਪਹਿਲੀਆਂ 3 ਨੇ ਇਹ ਪ੍ਰੋਪਰ ਚ ਅਸੀਂ ਗਿਣਦੇ ਹਾਂ ਅਤੇ ਬਾਕੀ ਸਰਵਿਸਿਸ ਵੀ ਇਹਦੇ ਨਾਲ ਨੇ ਜਿਹੜਾ ਨਹੀਂ ਮੈਰਿਜ ਜਾਂ ਉੱਪਰ ਨਹੀਂ ਆਉਂਦਾ ਬਾਕੀ ਸਰਵਿਸ ਆ ਜਾਂਦਾ ਸੋ IAS ਨੂੰ ਜੇ ਤੁਸੀਂ ਆਪਣਾ ਏਮ ਬਣਾ ਲਿਆ ਮੈਂ ਤੁਹਾਨੂੰ ਫਿਰ ਕੁਝ ਦੱਸਦਾ ਏਮ ਤੁਸੀਂ ਆਪਣਾ ਆਪ ਬਣਾਉਣਾ ਬਹੁਤ ਵਾਰ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਮੈਂ ਕਈ ਵਾਰ ਬੱਚਿਆਂ ਨੂੰ ਪੁੱਛਦਾ ਬੇਟੇ ਤੇਰਾ ਏਮ ਕੀ ਹੈ ਇਹ ਮੈਨੂੰ ਨਹੀਂ ਪਤਾ ਮੰਮੀ ਪਾਪਾ ਨੂੰ ਪਤਾ ਉਹ ਯਾਰ ਮੰਮੀ ਪਾਪਾ ਤਾਂ ਹੁਣ ਛੱਡੋ ਉਂਗਲ ਉਹਦੇ ਮੰਮੀ ਪਾਪਾ ਦੀ ਅਤੇ ਤੁਸੀਂ ਆਪਦਾ ਏਮ ਆਪ ਬਣਾਓ ਦੁਨੀਆ ਹੋਰ ਪਾਸੇ ਨੂੰ ਜਾ ਰਹੀ ਹੈ ਐਨੀਵੇ IAS ਜਿਹੜਾ ਇੱਕ ਤਾਂ ਹੈ ਹੁਣ ਜਿਹੜਾ IAS ਨਹੀਂ ਕਰਨਾ ਚਾਹੁੰਦਾ ਉਹਦੇ ਲਈ IAS ਦਾ ਮਤਲਬ ਜਿਹੜੇ ਸੈਂਟਰ ਇੰਡੀਆ ਦੀ ਸਰਵਿਸ ਜੇ ਪੰਜਾਬ 'ਚ ਰਹਿਣਾ ਚਾਹੁੰਦੇ ਹੋ ਤਾਂ ਸਾਡੇ ਕੋਲ PCS ਹੈ ਪੰਜਾਬ ਸਿਵਲ ਸਰਵਿਸ ਜਿਹ 'ਚ SDM ਲੱਗਣਾ ਹੁੰਦਾ ਤਹਿਸੀਲਦਾਰ ਲੱਗਣਾ ਹੁੰਦਾ ਅੱਗੇ ਚਲੋ ਹੁਣ ਇਹ IAS ਕੌਣ ਕਰਦਾ ਬਿਲਕੁਲ ਸਿੰਪਲ ਤੁਸੀਂ ਪ੍ਰੋਫੈਸਰ ਲੱਗਣਾ ਆ ਤੁਹਾਡੇ ਪ੍ਰੋਫੈਸਰ ਬੈਠੇ ਨੇ ਪੁੱਛ ਲਓ ਇਹਨਾਂ ਨੂੰ ਜੇ ਯੂਨੀਵਰਸਿਟੀ ਜਾਂ ਕਾਲਜ 'ਚ ਟੀਚਰ ਲੱਗਣਾ MA ਕਰਨੀ ਪਊ 55% ਨੰਬਰ ਘੱਟੋ ਘੱਟ ਫਿਰ ਨੈੱਟ ਕਲੀਅਰ ਕਰਨਾ ਪਊ ਫਿਰ PhD ਕਰਨੀ ਪਊ ਰਾਈਟ ਅਤੇ ਇੱਧਰ ਕੀ ਹੈ ਕੁਛ ਨਹੀਂ ਕਰਨਾ ਜਿਹੜਾ ਬੈਚੁਲਰ ਡਿਗਰੀ ਜਿਹਦੇ ਕੋਲ ਹੈ ਕੋਈ ਉਹਦੀ ਪਰਸੈਂਟੇਜ ਨਹੀਂ ਬਸ ਯੂ ਸ਼ੁੱਡ ਬੀ ਬੈਚੁਲਰ ਡਿਗਰੀ BA BSc BDS MBBS BCOM ਜੋ ਤੁਹਾਡੇ ਕੋਲ ਹੈ ਬੈਚੁਲਰ ਲੈਵਲ ਦਾ ਕਿਸੇ ਸਟ੍ਰੀਮ 'ਚ ਹੋ ਯੂ ਆਰ ਐਲੀਜੀਬਲ ਫੋਰ ਦੈਟ ਉਮਰ ਤੁਹਾਡੀ ਕਿੰਨੀ ਹੈ 21 ਤੋਂ 32 ਸਾਲ ਇਟ ਇਜ਼ ਫੋਰ ਦਾ ਜਨਰਲ ਕੈਟਾਗਰੀ ਫਾਰ OBC 3 ਸਾਲ ਹੋਰ ਵੱਧ ਗਈ 35 ਸਾਲ ਔਰ ਫਾਰ ਸ਼ਡਿਊਲ ਕਾਸਟ 40 ਸਾਲ ਫਾਰ ਜਨਰਲ ਕੈਟਾਗਰੀ 6 ਚਾਂਸਿਸ ਫਾਰ OBC 9 ਚਾਂਸਿਸ ਔਰ ਜਿਹੜਾ ਸ਼ਡਿਊਲ ਕਾਸਟ ਆ ਉਹ ਨੰਬਰਲੈਸ ਚਾਂਸਿਸ ਹੁਣ ਤੁਸੀਂ ਜੇ ਤਿਆਰੀ ਸ਼ੁਰੂ ਕਰਦੇ ਹੋ ਤੁਹਾਡੇ ਲਈ
पहले दो पेपर तीन हरेक जिहड़ा कोई भी बड़ा पेपर है बड़ा टेस्ट है बड़ा कंपीटिशन है एवरी कंपीटिशन है थ्री पार्ट्स थ्री टायर सिस्टम वन इज प्री क्वालिफाइंग अदर इज मेन थर्ड इज जिहड़ी इंटरव्यू होंदी है पर्सनैलिटी टेस्ट हुण पहला जिहड़ा प्री है जे तुसीं इहदी तैयारी शुरू करदे सारा कुछ इहदे च बहुत कुछ आ जांदा फॉर एग्जाम्पल पेपर 12 है जिहड़ा एक करंट अफेयर्स एंड जीके हुण किहनूं लोड़ दी करंट अफेयर्स दी और इन्ना जलूस कढ़दे आ असीं लोक तुसीं तां स्याणे होवोगे पर इत्थे मैं तां फेस करदा बी मेरे कोल 117 स्टूडेंट ने बी टैक मैक्सीमम ने उहदे च उहनां दा हाल इह है मैं तां रिकॉर्ड कीती है वीडियो रिकॉर्डिंग कीती हुई है सभ दी और जे उहनूं पुछे कि उहनूं पुछिआ ਇੱਥੇ ਤਾਂ ਹੋਰ ਆਏ ਵਾਰ ਨਵੇਂ ਤੋਂ ਨਵੇਂ ਜਵਾਬ ਆਉਂਦੇ ਨੇ ਮੈਂ ਇਹਨੂੰ ਪੁੱਛਿਆ ਵੀ ਪੰਜਾਬ ਦੀ ਕੈਪੀਟਲ ਕਿਹੜੀ ਹੈ ਕਹਿੰਦੇ ਚੰਡੀਗੜ੍ਹ ਮੈਂ ਕਿਹਾ ਹਰਿਆਣਾ ਦੀ ਕਹਿੰਦੀ ਚੰਡੀਗੜ੍ਹ ਮੈਂ ਕਿਹਾ ਫਿਰ ਇਹ ਕਿਵੇਂ ਕਿਹਦੇ ਚੋਣ ਕਹਿੰਦੀ 6-6 ਮਹੀਨੇ ਲਈ ਗਏ ਉਹਨਾਂ ਦੀ ਕਿਆ ਕਮਾਲ ਦਾ ਰਿਜ਼ਲਟ ਹੈ ਪੈਕ ਤੋਂ ਪੰਜਾਬ ਟੈਕਨੀਕਲ ਪੰਜਾਬ ਚੰਡੀਗੜ੍ਹ ਦਾ ਜਿਹੜਾ ਇੰਜੀਨੀਅਰਿੰਗ ਕਾਲਜ ਹੈ ਉੱਥੋਂ ਇੱਕ ਕੁੜੀ ਨੂੰ ਮੈਂ ਪੁੱਛਿਆ ਇਹੀ ਜਿਹਨੂੰ ਕੁਛ ਨਹੀਂ ਆਉਂਦਾ ਉਹ ਇਹ ਸਵਾਲ ਪੁੱਛ ਲਈਦਾ ਵੀ ਇੱਥੋਂ ਆ ਗਿਆ ਮਿਲਜੂ ਮੈਂ ਕਿਹਾ ਵੀ ਹਰਿਆਣਾ ਦੀ ਕੈਪੀਟਲ ਕਹਿੰਦੀ ਜੀ ਪੰਚਕੂਲਾ ਅਤੇ ਮੈਂ ਕਿਹਾ ਪੰਜਾਬ ਦੀ ਕਹਿੰਦੀ ਜੀ ਅੰਮ੍ਰਿਤਸਰ ਮੈਂ ਕਿਹਾ ਬੇਟਾ ਤੂੰ ਮੈਨੂੰ ਮਿਲ ਕੇ ਜਾਈ ਕਹਿੰਦੀ ਕਿਉਂ ਜੀ ਮੈਂ ਬਾਦਲ ਸਾਹਿਬ ਨੂੰ ਬਣਾਉਣਾ ਤੈਨੂੰ ਸਾਡਾ ਹਾਲ ਇਹ ਹੈ ਜੀ ਮਤਲਬ ਅਸੀਂ ਕਰੰਟ ਅਫੇਅਰਸ 'ਚ ਇੱਥੇ ਖੜ੍ਹੇ ਐਮ ਬੀ ਏ ਕੀਤੀ ਹੋਈ ਯੂਨੀਵਰਸਿਟੀ ਦੀ ਕੁੜੀ ਹੁਣ ਵੀ ਸਾਡੀ ਸਟੂਡੈਂਟ ਆ ਹੁਣ ਮੈਂ ਪੁੱਛਿਆ ਕਿ ਹਾਊ ਮੈਨੀ ਡਿਸਟ੍ਰਿਕਟ ਓਫ ਪੰਜਾਬ ਕਹਿੰਦੀ ਜੀ ਬਥੇਰੇ ਨੇ ਸਾਡਾ ਹਾਲ ਇਹ ਹੈ ਨਾ ਸਾਨੂੰ ਪਾਪੂਲੇਸ਼ਨ ਨਾ ਸਾਨੂੰ ਦਰਿਆਵਾਂ ਦਾ ਜਿਹਦੇ ਪੰਜਾਬ 'ਚ ਕਿੰਨੇ ਦਰਿਆ ਨੇ ਜੀ ਇੰਡੀਅਨ ਪੰਜਾਬ 'ਚ ਪੰਜ ਦੱਬੀ ਜਾਂਦੇ ਚੁੱਕੋ ਨਾ ਨਹੀਂ ਪਤਾ ਪਾਪੂਲੇਸ਼ਨ 23 ਕਰੋੜ ਮਗਰ ਬੰਦੇ ਦੇ ਬੰਦਾ ਚੜ੍ਹੇ ਤਾਂ ਵੀ ਇੱਥੇ 23 ਕਰੋੜ ਰਹਿ ਸਕਦੇ ਹਾਲ ਸਾਡਾ ਜੇ ਤੁਸੀਂ ਆਈਐਲਟੀਐਸ ਤਿਆਰੀ ਸ਼ੁਰੂ ਕਰ ਲਓਗੇ ਤਾਂ ਪਹਿਲਾਂ ਜੀ ਕੇ ਐਂਡ ਕਰੰਟ ਅਫੇਅਰਸ ਦਾ ਤੁਹਾਡੇ ਨਾਲ ਹੀ ਤਿਆਰ ਹੋ ਜਾਊਗਾ ਤੁਹਾਨੂੰ ਤਾਂ ਦੇਖੋ ਇਹਦੇ 'ਚ ਕੀ ਹੁੰਦਾ ਅੱਗੇ ਤੁਹਾਨੂੰ ਦੱਸ ਦਿੰਦਾ ਕੀ ਹੈ ਇਹ 'ਚ ਇਕਨੋਮਿਕਸ ਹੈ ਇਹ 'ਚ ਹਿਸਟਰੀ ਹੈ ਇਹਦੇ ਵਿੱਚ ਜੋਗ੍ਰਾਫੀ ਹੈ ਇਹਦੇ ਵਿੱਚ ਇਨਵਾਇਰਮੈਂਟ ਸਾਇੰਸ ਹੈ ਇਹਦੇ ਮਤਲਬ ਇਹ ਸਿਵਲ ਸਰਵੈਂਟ ਸ਼ੁੱਡ ਨੋ ਸਮਥਿੰਗ ਅਬਾਊਟ ਐਵਰੀਥਿੰਗ ਔਰ ਤੁਸੀਂ ਜੇ ਤਿਆਰੀ ਸ਼ੁਰੂ ਕਰੋਗੇ ਤਾਂ ਫਿਰ ਤੁਹਾਡਾ ਉਹਦੇ 'ਚ ਸਾਰਾ ਕੁਛ ਤੁਹਾਨੂੰ ਵੈਸੇ ਲੋੜ ਹੈ ਇਸ ਤਰ੍ਹਾਂ ਇਹ ਹੈ ਦੂਜਾ ਪੇਪਰ ਜਿਹੜਾ ਆਹ ਹੁਣ ਇਹ ਦੱਸੋ ਜਿਹੜਾ ਚੀਜ਼ ਹੈ ਜਿਹੜੀ ਤੁਹਾਨੂੰ ਨਹੀਂ ਇਹਨੂੰ ਕਹਿੰਦੇ ਸੈਕਿੰਡ ਪੇਪਰ ਨੂੰ ਸਿਵਲ ਸਰਵਿਸ ਐਪਟੀਟਿਊਡ ਟੈਸਟ ਕਿਹੜੀ ਚੀਜ਼ ਹੈ ਤੁਹਾਨੂੰ ਨਹੀਂ ਲੋੜ ਇਹਦੀ ਕਮਿਊਨੀਕੇਸ਼ਨ ਸਕਿੱਲ ਕਿਹਨੂੰ ਲੋੜ ਨਹੀਂ ਇਹਦੀ ਤੁਸੀਂ ਟੀਚਰ ਕਾਮਯਾਬ ਬਣਨਾ ਤਾਂ ਤੁਹਾਡੀ ਕਮਿਊਨੀਕੇਸ਼ਨ ਸਕਿੱਲ ਲੋੜ ਚਾਹੀਦੀ ਹੈ ਤੁਸੀਂ ਵਧੀਆ ਲੀਡਰ ਬਣਨਾ ਤਾਂ ਤੁਹਾਡੀ ਕਮਿਊਨੀਕੇਸ਼ਨ ਸਕਿੱਲ ਹੋਣੀ ਚਾਹੀਦੀ ਹੈ ਜੇ ਤੁਸੀਂ ਸੰਤ ਬਣਨਾ ਜੇ ਹੋਰ ਵੀ ਕੁਛ ਕਰਨਾ ਤਾਂ ਤੁਸੀਂ ਸੰਤ ਵੀ ਉਹੀ ਵਧੀਆ ਜਿਹੜੇ ਜਿਹਨੂੰ ਬੋਲਣਾ ਵਧੀਆ ਆਉਂਦਾ ਦਿਖਾਉਂਦਾ ਉਹੀ ਵਧੀਆ ਜਿਹੜਾ ਮਰਜ਼ੀ ਕਰਨ ਕਮਿਊਨੀਕੇਸ਼ਨ ਸਕਿੱਲ ਤਾਂ ਚਾਹੀਦੀ ਹੈ ਔਰ ਮੈਂ ਖਾਸ ਤੌਰ 'ਤੇ ਯੰਗ ਟੀਚਰਸ ਨੂੰ ਕਹਿਣਾ ਕਿ ਉਹ ਆਪਣੇ ਕਮਿਊਨੀਕੇਸ਼ਨ ਸਕਿੱਲ ਨੂੰ ਸੁਧਾਰ ਮੈਂ ਤਾਂ ਹੁਣ ਆਪਣਾ ਤਰੀਕੇ ਬਦਲ ਲਏ ਔਰ ਆਈ ਸੁਜੈਸਟ ਯੂ ਪ੍ਰਿੰਸੀਪਲ ਆਲਸੋ ਕਿ ਸਿਲੈਕਸ਼ਨ ਆਫ ਸਾਡਾ ਟੀਚਰਿੰਗ ਦੇ ਉਹ ਬਦਲਦਾ ਸੀ ਮੈਂ ਕੀ ਕੀਤਾ ਕੈਮਰਾ ਲਾ ਲਿਆ ਉੱਥੇ ਕਲਾਸ ਰੂਮ ਦੇ ਵਿੱਚ ਸੈਮੀਨਾਰ ਹਾਲ ਦੇ ਵਿੱਚ ਟੀਚਰ ਨੂੰ ਕਹੀ ਤਾਂ ਚਲੋ ਜੀ ਪੜ੍ਹਾਓ ਅਤੇ ਉਦੋਂ ਬਾਅਦ ਆਪਦੇ ਰੂਮ 'ਚ ਬੈਠ ਕੇ ਸੁਣ ਰਹੇ ਹਾਂ ਪਤਾ ਲੱਗ ਜੂਗਾ ਵੀ ਉਹਨੂੰ ਕਿੰਨਾ ਕੁ ਬੋਲਣਾ ਔਰ ਹਾਲ ਟੀਚਰ ਦਾ ਬਹੁਤ ਬੁਰਾ ਬਹੁਤ ਪ੍ਰਿੰਸੀਪਲ ਸਾਹਿਬ ਫਰੀਦਕੋਟ ਮੈਂ ਗਿਆ ਲੈਕਚਰ ਦੇਣ ਮੇਰੇ ਇੱਕ ਉੱਥੇ ਸਟੂਡੈਂਟ ਪੜ੍ਹਾਉਂਦਾ ਉਹਦੀ ਵਾਈਫ ਮੇਰੀ ਸਟੂਡੈਂਟ ਇਕਨੋਮਿਕ ਫਰੀ ਉਹ ਜੀ ਮੈਨੂੰ ਕਹਿੰਦੀ ਜੇ ਚਾਹ ਪੀ ਕੇ ਜਾਇਓ ਕਿੰਨੇ ਸਾਲ ਹੋ ਗਏ ਤੁਸੀਂ ਆਏ ਨਹੀਂ ਮੈਂ ਚਲ ਚੱਲਦੇ ਹਾਂ ਲੈਕਚਰ ਤੋਂ ਬਾਅਦ ਜਦੋਂ ਚਾਹ ਜ਼ਰੂਰ ਮੈਨੂੰ ਕੋਈ ਕਹਿ ਦੇ ਚਾਹ ਪੀਣ ਜਾਓ ਮੈਨੂੰ ਲੱਗਦਾ ਕੋਈ ਤਾਂ ਕਹੂਗਾ ਜੀ ਹੈ ਜੀ ਮੈਂ ਚਾਹ ਪੀਣ ਚਲਾ ਗਿਆ ਜੀ ਜਦੋਂ ਅਸੀਂ ਜਾ ਕੇ ਉੱਥੇ ਬੈਠੇ ਉਹ ਕੁੜੀ ਆਈ ਜਿਹੜੀ ਮੇਰੀ ਵੀ ਸਟੂਡੈਂਟ ਸੀ ਉਹਨੇ ਬੱਚੇ ਨੂੰ ਚੱਕਿਆ ਉਹਨੂੰ ਕਹਿੰਦੀ ਆਹ ਬਿੱਟੂ ਨੂੰ ਸਵਾਇਓ ਪਹਿਲਾਂ ਉਹ ਕਹਿੰਦਾ ਯਾਰ ਕਮਾਲ ਹੈ ਇਹ ਕੰਮ ਮੇਰਾ ਥੋੜ੍ਹੀ ਹੈ ਇਹ ਤਾਂ ਕੁੜੀਆਂ ਦਾ ਕੰਮ ਹੁੰਦਾ ਉਹ ਕਹਿੰਦੀ ਉਹ ਤਾਂ ਮੈਨੂੰ ਵੀ ਪਤਾ ਹੈ ਪਰ ਸਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਹਿੰਦੀ ਮੈਂ ਸੁਣਿਆ ਜਦੋਂ ਇਹ ਕਲਾਸ ਨੂੰ ਪੜ੍ਹਾਉਂਦੇ ਨੇ ਪਹਿਲੇ 15 ਮਿੰਟ 'ਚ ਅੱਧੀ ਕਲਾਸ ਸੌਂ ਜਾਂਦੀ ਹੈ ਕਹਿੰਦੇ ਅਤੇ ਇਹ ਤਾਂ ਬੱਚਾ ਉਹ ਤਾਂ ਐਡੇ ਸੌਂ ਜਾਂਦੇ ਨੇ ਮੈਂ ਕਿਹਾ ਤੇਰੀ ਕਮਿਊਨੀਕੇਸ਼ਨ ਸਕਿੱਲ ਦਾ ਲੱਗ ਗਿਆ ਪਤਾ ਤੂੰ ਅਸੀਂ ਤੈਨੂੰ ਕੀ ਪੜ੍ਹਾ ਕੇ ਭੇਜਿਆ ਨਹੀਂ ਲੋਕਾਂ ਨੂੰ ਪਤਾ ਹੀ ਨਹੀਂ ਕਿਵੇਂ ਪੜ੍ਹਾਉਣਾ ਹੈ ਟੀਚਰ ਸਾਰੀ ਉਮਰ ਪੜ੍ਹਾਉਂਦਾ ਉਹਨੂੰ 2 ਮਿੰਟ ਬੋਲਣ ਲਈ ਕਹਿ ਦੀ ਲੱਤਾਂ ਕੰਬਣ ਲੱਗ ਜਾਂਦੀਆਂ ਨੇ ਸ਼ਰਧਾਂਜਲੀ ਨਹੀਂ ਦੇ ਸਕਦਾ
ਔਰ ਉਹਨੂੰ ਇਹ ਨਹੀਂ ਪਤਾ ਕੀ ਬੋਲ ਰਿਹਾ। ਇੱਕ ਦਿਨ ਜੀ ਮੈਂ ਬੈਠਾ, ਉਹ ਮੇਰੇ ਕੋਲ ਪੰਜ ਸੱਤ ਹੋਰ ਸਟੂਡੈਂਟ ਕਿਸੇ ਹੋਰ ਡਿਪਾਰਟਮੈਂਟ 'ਤੇ ਆ ਕੇ ਬੈਠ ਗਏ। ਹੁਣ ਮੈਂ ਤਾਂ ਫੀਡਬੈਕ ਲੈਂਦਾ, ਮੇਰਾ ਫੀਲਡ ਹੈ ਲੋਕਾਂ 'ਚ ਜਾਣਾ, ਲੋਕਾਂ ਨਾਲ ਗੱਲਬਾਤ ਕਰਨੀ। ਮੈਂ ਤਾਂ ਇੱਥੋਂ ਵੀ, ਮੈਂ ਤੁਹਾਡੇ ਇੱਥੇ ਪ੍ਰੈਕਟੀਕਲ ਲੈਣਾ, ਉੱਥੋਂ ਵੀ ਫੀਡਬੈਕ ਲੈ ਜਾਂਦਾ ਮੈਂ ਤਾਂ। ਉਹ ਜੀ ਮੈਂ ਉਹਨੂੰ ਬੱਚਿਆਂ ਨੂੰ ਕਿਹਾ, ਮੈਂ ਕਿਹਾ ਯਾਰ ਦੱਸੋ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਅਸੀਂ ਆਪਣੇ ਟੀਚਰ ਦੇ ਨਾਂ ਰੱਖੇ ਹੁੰਦੇ ਸੀ, ਤੁਸੀਂ ਵੀ ਰੱਖੇ ਹੋਏ ਨੇ? ਉਹ ਇੱਕ ਕੁੜੀ ਕਹਿੰਦੀ, ਸਰ ਛੱਡੋ ਜੀ ਗੱਲ ਕੀਤੀ ਦੂਰ ਹੁੰਦੀ ਹੈ, ਉਹ ਮੈਂ ਕਦੇ ਨਹੀਂ ਦੂਰ ਹੁੰਦੀ, ਦੱਸ ਤੂੰ ਕੀ ਨਾਂ ਹੈ। ਚਲੋ ਜੀ ਮੈਂ ਕੌਨਫੀਡੈਂਸ ਲੈ ਕੇ ਉਹਨਾਂ ਨੇ ਦੱਸਣੇ ਸ਼ੁਰੂ ਕਰਤੇ, ਫਲਾਣੇ ਦਾ ਨਾਂ ਜੀ ਫਲਾਣਾ, ਫਲਾਣੇ ਦਾ ਨਾਂ ਫਲਾਣਾ, ਫਲਾਣੇ ਟੀਚਰ ਨੂੰ ਅਸੀਂ ਆਹ ਕਹਿੰਦੇ ਹਾਂ। ਇੱਕ ਦਿਨ ਇੱਕ ਥਾਂ 'ਤੇ ਆ ਕੇ ਕਹਿੰਦੇ, ਸਰ ਜੀ ਉਹ ਸਰ ਦਾ ਨਾਂ ਬੱਕਰੀ। ਮੈਂ ਕਿਹਾ ਯਾਰ ਐਡੇ ਵੱਡੇ ਹੋ ਗਏ ਯੂਨੀਵਰਸਿਟੀ ਲੈਵਲ 'ਤੇ, ਨਾਂ ਤਾਂ ਠੀਕ ਰੱਖੋ, ਰੈਲੇਵੈਂਟ। ਕਹਿੰਦੇ ਜੀ ਪੂਰਾ ਰੈਲੇਵੈਂਟ ਨਾਮ ਹੈ। ਮੈਂ ਕਿਵੇਂ? ਕਹਿੰਦੇ ਸਰ ਕਲਾਸ 'ਚ ਆਉਂਦੇ ਨੇ, ਆਉਂਦੇ ਸ਼ੁਰੂ ਹੋ ਜਾਂਦੇ ਨੇ, ਮੈਂ ਆਹ ਕੀਤਾ, ਮੈਂ ਆਹ ਕੀਤਾ, ਮੈਂ ਫਿਲਮ ਬਣਾਈ, ਮੈਂ ਨਾਟਕ ਕੀਤਾ, ਮੈਂ ਆਹ ਕੀਤਾ, ਮੈਂ। ਕਹਿੰਦੇ ਜੀ ਅਸੀਂ ਬੱਕਰੀ ਰੱਖ ਲਿਆ। ਨਾਇਕ ਸਾਹਿਬ ਬੱਚਿਆਂ ਨੂੰ ਮੈਸੇਜ ਦੇ ਗਏ ਅਸੀਂ ਕਿ ਇਫ ਯੂ ਵਾਂਟ ਫਰੈਂਡਸ ਇਨ ਯੂਰ ਲਾਈਫ, ਜੇ ਦੋਸਤ ਚਾਹੁੰਦੇ ਪਏ ਬੱਚਿਓ, ਘੱਟ ਤੋਂ ਘੱਟ ਆਈ ਯੂਜ਼ ਕਰੋ, ਘੱਟ ਤੋਂ ਘੱਟ। ਜੇ ਜ਼ਿੰਦਗੀ 'ਚ ਤੁਸੀਂ ਇੱਜ਼ਤ ਅਤੇ ਦੋਸਤ ਚਾਹੁੰਦੇ ਹੋ, ਡੋਂਟ ਯੂਜ਼ ਟੂ ਮੱਚ ਫਸਟ ਪਰਸਨ। ਮੈਂ ਸੂਤਰ ਇਸ ਦੇ ਨਹੀਂ ਪਤਾ, ਇੱਕ ਟੈਲੀਫੋਨ ਕੰਪਨੀ ਨੇ ਸਰਵੇ ਕੀਤਾ, ਉਹਨੇ ਕਿਹਾ ਦੁਨੀਆਂ 'ਚ ਇੱਕ ਜ਼ਿੰਦਗੀ ਦੇ ਵਿੱਚ ਇੱਕ ਬੰਦਾ ਸਭ ਤੋਂ ਜ਼ਿਆਦਾ ਆਈ ਯੂਜ਼ ਕਰ, ਨਹੀਂ ਕਰਨੀ ਚਾਹੀਦੀ। ਅਤੇ ਅਸੀਂ ਕਮਿਊਨੀਕੇਸ਼ਨ ਸਕਿੱਲ ਜਦੋਂ ਅਸੀਂ ਇਹ ਕਰਾਂਗੇ, ਅਸੀਂ ਸਾਰਾ ਕੁਛ ਪੜ੍ਹਾਂਗੇ ਪੜ੍ਹਾਵਾਂਗੇ। ਸਾਨੂੰ ਜੇ ਅਸੀਂ ਇਹ ਨਹੀਂ ਕਰਾਂਗੇ ਤਾਂ ਸਾਨੂੰ, ਮੈਨੂੰ ਇਹ ਦੱਸੋ ਨਾ ਕਿਉਂ ਨਹੀਂ, ਕਿੱਥੇ ਨਹੀਂ ਲੋੜ ਤੁਹਾਨੂੰ? ਜਿਹੜੀ ਗੱਲ ਮੈਂ ਕਹਿ ਰਿਹਾ, ਹਰ ਮੂਮੈਂਟ 'ਤੇ ਲੋੜ ਹੈ ਤੁਹਾਨੂੰ ਇਸ ਗੱਲ ਦੀ। ਅਤੇ ਜਿਹੜਾ ਇਹਨੂੰ ਮੈਂ ਕਹਿੰਦਾ ਆਈ ਐਸ ਕਰੋ ਨਾ ਕਰੋ, ਜ਼ਿੰਦਗੀ 'ਚ ਤਾਂ ਸਫਲਤਾ ਕਿਤੇ ਤਾਂ ਚਾਹੁੰਦੇ ਹੋ ਤੁਸੀਂ, ਤੁਸੀਂ ਘਰਾਂ 'ਚ ਵੀ ਜਿਹੜੀ ਗੱਲ ਹੈ, ਘਰ ਦੇ ਵਿੱਚ ਵੀ ਸਫਲਤਾ ਤੁਹਾਡੀ ਇਸੇ 'ਚ ਹੈ। ਤੁਹਾਡੇ ਸਰਕਲ 'ਚ ਇੱਕ ਬੰਦਾ ਆਉਂਦਾ, ਤੁਹਾਨੂੰ ਲੱਗਦਾ ਮਹਿਫਲ ਦਾ ਸ਼ਿਕਾਰ ਹੈ, ਕਮਾਲ ਹੈ। ਇੱਕ ਬੰਦਾ ਆਉਂਦਾ ਤੂੰ ਗਵਾ ਗਿਆ ਜੀ, ਕਿੱਥੇ ਦਿਮਾਗ ਖਾਓ, ਆਪਦੀ ਗੱਲ ਲੱਗ ਰਹੀ, ਆਪਦੀ ਕਹਾਣੀ, ਮੇਰੀ 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 ਮੇਰੀ। ਉਹ ਬਾਅਦ 'ਚ ਭਾਵੇਂ ਤੁਹਾਨੂੰ ਹੀ ਲੱਗਦਾ ਜਿਹੜੀ ਮੈਂ ਸ਼ੁਰੂ 'ਚ ਗੱਲ ਕੀਤੀ ਸੀ, ਮਨ 'ਚ ਕੁਛ ਹੋਰ ਹੁੰਦਾ, ਤੁਹਾਨੂੰ ਮੂੰਹ 'ਤੇ ਫਿਰ ਬੰਦਾ ਕਹਿੰਦਾ। ਵੈਸੇ ਤਾਂ ਸਾਨੂੰ ਆਪ ਹੀ ਸਮਝ ਲੈਣਾ ਚਾਹੀਦਾ, ਅਸੀਂ ਕਾਹਦੇ ਲਈ ਜਿਉਂਦੇ ਹਾਂ? ਅਸੀਂ ਆਪਣੇ ਲਈ ਆਪਣੀ ਇੰਟਰੋਸਪੈਕਸ਼ਨ ਤਾਂ ਕਰੀਏ, ਅਸੀਂ ਲੋਕਾਂ ਦੇ ਲਈ ਜਿਉਂਦੇ ਹਾਂ। ਮੈਕਸੀਮਮ ਲੋਕ ਅਸੀਂ ਲੋਕਾਂ ਲਈ ਜਿਉਂਦੇ ਹਾਂ, ਸਾਰਾ ਕੁਛ ਅਸੀਂ ਲੋਕਾਂ ਦੇ ਹੱਥ 'ਚ ਫੜਾਇਆ ਹੋਇਆ। ਬਸ ਅਸੀਂ ਸਵੇਰੇ ਕੱਪੜੇ ਪਾਏ, ਸਾਨੂੰ ਪਤਾ ਹੋਣਾ ਚਾਹੀਦਾ ਸਾਡਾ ਕਲਰ ਸਹਿ ਕੀ ਹੈ, ਲੇਕਿਨ ਅਸੀਂ ਮੈਂ ਕੈਸੀ ਲੱਗ ਰਹੀ ਹਾਂ? ਜੇ ਤਾਂ ਉਹਨੇ ਕਹਿਤਾ ਤੂੰ ਬਹੁਤ ਸੁੰਦਰ ਲੱਗ ਰਹੀ ਹੈ ਤਾਂ ਖੁਸ਼ ਹੈ, ਅਤੇ ਜੇ ਉਹਨੇ ਕਹਿਤਾ ਤੁਸੀਂ ਐਕਸਪੈਰੀਮੈਂਟ ਕਰ ਲਿਓ, ਯਾਰ ਕਿਆ ਹੋ ਗਿਆ, ਸਭ ਕੁਛ ਠੀਕ ਹੈ ਘਰ ਮੈਂ, ਕਿਆ ਮੈਂ ਤਾਂ ਠੀਕ ਹਾਂ। ਨਹੀਂ ਨਹੀਂ ਯਾਰ ਤਾਂ ਬਹੁਤ ਬੁਰੀ ਸੀ ਲੱਗ ਰਹੀ ਹੈ, ਕੱਪੜੇ ਵੀ ਕੈਸੇ ਪਾਏ, ਦੂਜਾ ਵੀ ਕਹਿ ਦਿਆ ਕਿਆ ਹੋਵੇ। ਜਦੋਂ ਤਿੰਨ ਚਾਰ ਨੇ ਕਹਿ ਦਿਆ, ਤੁਸੀਂ ਦੇਖਿਓ ਵਾਸ਼ਰੂਮ 'ਚ ਜਾਓ ਪਹਿਲਾਂ ਆਪਣੇ ਆਪ ਚੈੱਕ ਕਰੋ, ਕਿਉਂਕਿ ਅਸੀਂ ਸਾਰਾ ਕੁਛ ਲੋਕਾਂ ਦੇ ਹੱਥ ਰੱਖ ਲਿਆ। ਉਹ ਚਲਿਆ ਹੁਣ ਪਿਛਲੇ ਦਿਨ ਹੀ ਸਰਦੀਆਂ ਦੇ ਦਿਨ ਮੈਂ ਇੱਕ ਮੈਰਿਜ 'ਤੇ ਚਲਿਆ ਗਿਆ ਸਾਡੇ, ਉਹ ਮੈਂ ਬੀਵੀ ਨੂੰ ਕਿਹਾ, ਮੈਂ ਤਾਂ ਭਾਈ ਭਰੀਏ ਮਾਨਸਿਆ ਠੰਡ ਮੈਨੂੰ ਕੋਟ 'ਚ ਲੱਗੀ ਜਾਂਦੀ ਹੈ, ਅਤੇ ਤੂੰ ਆਹ ਕੋਟੀ ਕਾਟੀ ਤਾਂ ਕੁਛ ਪਾ ਲਾ, ਨਹੀਂ ਤੁਹਾਨੂੰ ਨਹੀਂ ਪਤਾ ਕਹਿੰਦੇ ਲੇਡੀਜ਼ ਦਾ ਤੁਹਾਨੂੰ ਨਹੀਂ ਪਤਾ। ਉਹ ਮੈਂ ਕਿਹਾ ਲਿਸਟ ਲੈ ਜਾਂਦਾ ਮੈਂ ਨਾਪ ਤੋਂ ਲੈ ਫਿਰੂੰਗੀ, ਇਹਦੇ ਕੋਲ ਆਹ ਵੀ ਹੈ, ਇਹਦੇ ਕੋਲ ਆਹ ਵੀ ਹੈ, ਬਿਮਾਰ ਕਿਉਂ ਹਾਲੇ ਕੋਈ ਪਈ ਹੈ ਬਿਮਾਰ, ਨਹੀਂ ਕਿਹਦੇ ਲਈ? ਲੋਕਾਂ ਲਈ। ਲੋਕ ਕਹਿੰਦੇ ਤਿੰਨ ਚਾਰ, ਲੋਕ ਕੀ ਕਹਿਣਗੇ ਜਿਹੜੇ ਉਹਨੂੰ ਜਾਣਦੇ ਨੇ, ਉਹੀ ਹਨ। ਇਹ ਤੁਹਾਡੇ ਅੱਜ ਇੱਕ ਨੇ ਰਕਸ਼ਾ ਨਵਾਂ ਲਿਆ, ਆਟੋ ਨਵਾਂ ਲਿਆ, ਉਹ ਮੈਨੂੰ ਜ਼ਰੂਰ ਆ ਕੇ ਦੱਸੂਗਾ ਵੀ ਮੈਂ ਆਟੋ ਲਿਆ, ਉਹਨੇ ਆਟੋ ਵਾਲਿਆਂ ਨੂੰ ਦੱਸਣਾ ਜੀ ਮੈਂ ਆਟੋ ਨਵਾਂ ਲੈ ਗਿਆ। ਤਾਂ ਚਾਰ ਬੰਦਿਆਂ ਲਈ ਤੁਸੀਂ ਆਪਣੀ ਜ਼ਿੰਦਗੀ ਖਰਾਬ ਕਰ ਲਈ, ਤੁਸੀਂ ਕਦੇ ਸੋਚਿਆ ਹੀ? ਜਿਹੜੀ ਗੱਲ 'ਚ ਸਾਨੂੰ ਸੋਚਣਾ ਚਾਹੀਦਾ, ਅਸੀਂ ਮੈਂ ਤੁਹਾਨੂੰ ਕਹਿੰਦਾ ਕਿ ਆਪਣੀ ਪੋਜ਼ੀਟਿਵ ਥਿੰਕਿੰਗ ਚਾਹੀਦੀ। ਅਤੇ ਪੋਜ਼ੀਟਿਵ ਥਿੰਕਿੰਗ ਤੁਸੀਂ ਕਦੇ ਸੋਚਿਆ ਕਿ ਸੂਟ ਲਈ ਤਾਂ ਅਸੀਂ ਲਗਾਤਾਰ ਇਹ ਨਹੀਂ ਜਥਾ, ਇਹ ਮੈਚਿੰਗ ਨਹੀਂ ਠੀਕ, ਲੇਕਿਨ ਕਦੇ ਸੋਚਿਆ ਸਿਲੈਕਸ਼ਨ ਆਫ ਥਾਟ? ਜਿਹੋ ਜਿਹੀ ਸਿਲੈਕਸ਼ਨ ਹੋਵੇ ਆਉਣ 60,000 ਦੇ ਵਿੱਚ ਇੰਨੀਆਂ ਨੈਗੇਟਿਵ ਸਿਲੈਕਸ਼ਨਸ ਹੁੰਦੀਆਂ ਨੇ, ਕਿਉਂ ਹੁੰਦੀਆਂ? ਤੁਹਾਨੂੰ ਇਹ ਸੋਚ ਦੱਸਿਆ ਕਿ ਬੰਦਾ ਉਹੀ ਹੁੰਦਾ ਜੋ ਸੋਚ ਰਿਹਾ। ਤੁਸੀਂ ਯਕੀਨ ਮੰਨੋ, ਜੋ ਤੁਸੀਂ ਸੋਚਦੇ ਉਹੀ ਹੋ, ਤੁਸੀਂ ਇਹ ਸੋਚ ਲਓ ਤੁਸੀਂ ਫੇਲ ਹੋਵੋਗੇ ਤਾਂ ਫੇਲ ਹੋਵੋਗੇ,
ਤੁਸੀਂ ਸੋਚ ਲਓ ਤੁਸੀਂ ਸਕਸੈਸ ਤੁਹਾਡੇ ਕੋਲ ਹੈ, ਤੁਸੀਂ ਜੋ ਕੁਛ ਹੈ ਤੁਹਾਡੇ ਹੱਥ ਹੈ, ਅਤੇ ਜਦੋਂ ਅਸੀਂ ਸਾਨੂੰ ਪਤਾ ਹੈ ਕਿ ਅਸੀਂ ਸਕਸੈਸ ਦੇ ਲਈ ਚੱਲ ਰਹੇ ਹਾਂ ਤਾਂ ਸਾਨੂੰ ਕਰਨਾ ਵੀ ਚਾਹੀਦਾ, ਸਾਨੂੰ ਸਲੈਕਸ਼ਨ ਕਰਨੀ ਚਾਹੀਦੀ ਹੈ। ਕੱਪੜਿਆਂ ਦੀ ਕਰ ਲੈਂਦੇ ਹਾਂ ਜਿਹਦਾ ਕੋਈ ਜ਼ਿਆਦਾ ਅਸਰ ਨਹੀਂ, ਉਹਦੀ ਵੀ ਕਰਦੇ ਜਿਹਨੇ ਸਾਡੇ ਥੋਟ ਨੇ ਸਾਨੂੰ ਬਣਾਉਣੀ ਹੈ, ਜ਼ਿੰਦਗੀ ਬਣਾਉਣੀ ਹੈ। ਹਰ ਚੀਜ਼, ਹਰ ਬੰਦਾ, ਹਰ ਤੁਸੀਂ ਕੋਈ ਜ਼ਿਆਦਾ ਨਹੀਂ, 15 ਦਿਨ ਦੀ ਕਰਦਾ, 15 ਦਿਨ ਤੁਸੀਂ ਰਿਲੇਸ਼ਨ ਠੀਕ ਕਰ ਸਕਦੇ। 15 ਦਿਨ ਦੇ ਵਿੱਚ ਜੇ ਤੁਸੀਂ ਕਿਸੇ ਨੂੰ ਚਾਹੁੰਦੇ ਹੋ, ਸਿਰਫ ਉਹਦੇ ਕੁਛ ਨਹੀਂ ਕਰਨਾ, ਕਰਨੀ ਕੁਛ ਨਹੀਂ, ਸਿਰਫ ਆਪਣੇ ਥੋਟ ਦੇ ਵਿੱਚ ਉਹਦੇ ਨਾਲ ਰਿਲੇਸ਼ਨ ਠੀਕ ਕਰਨੇ ਨੇ, ਤੁਹਾਡੇ ਆਪਣੇ ਆਪ ਵੈਸੇ ਚਲੇਗੇ। ਇਹ ਕਿੱਡੀ ਗੱਲ ਹੈ, ਜੇ ਨਹੀਂ ਚਾਹੁੰਦੇ ਤਾਂ ਹੀ ਹੁੰਦਾ। ਤਾਂ ਜਦੋਂ ਤੁਸੀਂ ਇਸ ਪਾਸੇ ਨੂੰ ਸੋਚਣਾ ਸ਼ੁਰੂ ਕਰ ਦਿਓ, ਵੈ ਤਾਂ ਮੈਂ ਤੁਹਾਨੂੰ ਇੱਕ ਗੱਲ, ਇੱਕ ਬਹੁਤ ਪਾਪੂਲਰ ਸ਼ੇਅਰ ਹੈ, ਤਮਾਮ ਉਮਰ ਹਮ ਗਲਤੀ ਕਰਦੇ ਰਹੇ, ਧੂਲ ਚਿਹਰੇ ਪਰ ਸੀ, ਹਵਾ ਇੰਨਾ ਸਾਫ ਕਰਦੇ, ਅਸੀਂ ਸ਼ੀਸ਼ਾ ਸਾਫ ਕਰੀ ਜਾਂਦੇ, ਸਾਨੂੰ ਆਪਣੀ ਧੂਲ ਭਰੇ ਕਰੀਏ। ਤਾਂ ਜਦੋਂ ਤੁਸੀਂ ਇਹ ਕਰਦੇ ਹੋ ਤਾਂ ਤੁਹਾਡੇ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਕਿ ਅਸੀਂ ਯਾਰ ਇਹਦੀ ਤਿਆਰੀ ਕਰਾਂਗੇ, ਕੁਛ ਨਵਾਂ ਕਰੀਏ। ਜਿੰਨਾ ਲੋਕਾਂ ਨੇ ਤਰੱਕੀ ਕੀਤੀ ਉਹਨਾਂ ਨੇ ਕੁਛ ਨਵਾਂ ਕੀਤਾ। ਪਾਤਰ ਨੂੰ ਯਾਦ ਰੱਖੋ, ਪਾਤਰ ਕੀ ਕਹਿੰਦਾ, ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਤਾਂ ਰਾਹ 'ਚ, ਮੈਂ ਤੁਰਦਾ ਤਾਂ ਰਾਹ ਬਣਦੇ, ਯੁੱਗਾਂ ਤੋਂ ਆਉਂਦੇ ਕਾਫਲੇ ਸਿਕੰਦਰ ਹਵਾ ਬਣਦੇ। ਨਵਾਂ ਕਰਨ ਦੀ ਕੀ, ਕਦੋਂ ਕਰੋਗੇ, ਜਦੋਂ ਤੁਹਾਡੇ ਕੋਲ ਇਹ ਆਊਗਾ, ਤੁਹਾਡੇ ਕੋਲ ਡਿਸੀਜ਼ਨ ਮੇਕਿੰਗ ਦੀ ਕੁਆਲਿਟੀ ਆ ਜਾਊਗੀ, ਤੁਹਾਡੇ ਕੋਲ ਰੀਜ਼ਨਿੰਗ ਆ ਜਾਊਗੀ। ਜਿਹੜੇ ਤਰਕ ਦੀ ਗੱਲ ਹੈ ਨਾ, ਤਰਕ ਬਹੁਤ ਇੰਪੋਰਟੈਂਟ ਹੈ, ਉਹ ਕਈ ਵੀ ਤਰਕ ਜਿਵੇਂ ਮਰਜ਼ੀ ਬਣਾ ਲਓ, ਉਹ ਤਾਂ ਤੁਹਾਡੇ ਹੱਥ ਹੈ। ਬੜੀ ਮੁੱਲਾ ਨਸ਼ੀਰੂਦੀਨ ਜੀ ਇੱਕ ਦਿਨ ਗਿਆ, ਦੋ ਦੋਸਤ ਬੈਠੇ ਦੌੜ ਪੀਣ, ਹੁਣ ਕਹਿੰਦੇ ਆ ਜਾ ਮੁੱਲਾ ਪੈਗ ਲਾ ਦੇ, ਉਹ ਕਹਿੰਦਾ ਗੱਲ ਸੁਣੋ ਭਾਈ, 3 ਕਾਰਨਾਂ ਕਰਕੇ ਆਪਾਂ ਦੌੜ ਲੱਗੇ। ਉਹ ਕਹਿੰਦੇ ਕਿਹੜੇ ਕਿਹੜੇ ਕਾਰਨ, ਕਹਿੰਦੇ ਪਹਿਲਾ ਕਾਰਨ ਅਸੀਂ ਮੁਸਲਮਾਨ ਹੁੰਦੇ ਹਾਂ, ਮੁਸਲਮਾਨ ਦੌੜ ਨਹੀਂ ਪੀਂਦੇ। ਦੂਜਾ ਕਾਰਨ ਕਹਿੰਦਾ ਜਦੋਂ ਮੇਰੀ ਬੀਵੀ ਮਰਨ ਲੱਗੀ, ਮੈਥੋਂ ਵਾਅਦਾ ਲੈ ਗਈ ਵੀ ਦੌੜ ਨਹੀਂ ਪੀਣੀ। ਉਹ ਕਹਿੰਦੇ ਚਲੋ ਤੀਜਾ ਕਾਰਨ ਕਹਿੰਦਾ ਭਾਈ ਸੱਚੀ ਗੱਲ, ਆਪਾਂ 2 ਪੈਗ ਲਾ ਕੇ ਆਏ। ਤਰਕ ਤਾਂ ਜਿਵੇਂ ਮਰਜ਼ੀ ਬਣਾ ਲਓ, ਤਰਕ ਨੂੰ ਬਹੁਤ ਜ਼ਰੂਰਤ ਹੈ। ਸੋ ਇਹ ਜਿਹੜਾ ਰੀਜ਼ਨਿੰਗ ਤਰਕ ਔਰ ਡਿਸੀਜ਼ਨ ਮੇਕਿੰਗ ਹੁੰਦੀ ਨਹੀਂ ਸਭ, ਮੈਂ ਸੱਚੀ ਗੱਲ ਦੱਸਾਂ, ਡਿਸੀਜ਼ਨ ਮੇਕਿੰਗ 'ਚ ਬਹੁਤ ਪ੍ਰੋਬਲਮ ਨੇ। ਸਾਰੀ ਉਮਰ ਨਿਕਲ ਜਾਂਦੀ ਹੈ, ਐਂ ਨਹੀਂ ਲੱਗਦਾ। ਤੁਸੀਂ ਕਿੱਥੇ ਆਪਣੇ ਹਸਬੈਂਡ ਨੂੰ ਲੱਭ ਲਓਗੇ ਜਾਂ ਪਤਨੀ ਨੂੰ ਲੱਭ ਲਓਗੇ, ਵੀ ਉਹਨੂੰ ਤੁਹਾਡੇ ਪੈਰਾਮੀਟਰ ਕੀ ਹੋਣਗੇ, ਕੀ ਉਹਦੇ ਪੈਰਾਮੀਟਰ, ਫਿਜ਼ੀਕਲ ਹੋਏਗੀ, ਸੂਰਤ ਹੋਏਗੀ, ਸੀਰਤ ਹੋਏਗੀ, ਨਹੀਂ ਸਰ। ਰੀਜ਼ਨਿੰਗ ਕਦੋਂ ਸਿੱਖਾਂਗੇ ਜਦੋਂ, ਮੈਂ ਭਾਈ ਸਾਹਿਬ ਤੁਹਾਡਾ ਤਾਂ ਮੈਨੂੰ ਪਤਾ ਨਹੀਂ, ਮੈਂ ਤਾਂ ਬਹੁਤ ਇਹੋ ਜਿਹੇ ਕੰਮ 'ਚ ਜਿੱਤੇ, ਮਤਲਬ ਮੈਨੂੰ ਨਾਲ ਜਾਣਾ ਪੈ ਗਿਆ ਆਪਣੀ ਵਾਈਫ ਦੇ, ਵੀ ਉਹਨੇ ਸੂਟ ਖਰੀਦਣਾ, ਸਮਝੋ ਮੇਰੇ ਤਾਂ ਮੌਤ ਪੈ ਗਈ, ਚਲਿਆ ਜਾਊਂਗੀ ਜੀ। ਉਹ ਜ਼ਿੰਦਗੀ 'ਚ ਜਿਹੜਾ ਉਹਨੇ ਪਾਇਆ, ਉਹ ਹੁਣ ਜ਼ਿੰਦਗੀ ਦੇ ਸਾਡੀ ਤਾਂ ਜ਼ਿੰਦਗੀ ਖਰਾਬ ਕਰਦੀ, ਜ਼ਿੰਦਗੀ 'ਚ ਨਵੇਂ ਸੂਟ ਦਿਵਾਉਂਦੇ ਆ ਗਿਆ ਜੀ, ਅੱਧਾ ਘੰਟਾ ਜਦੋਂ ਸੂਟ ਸਟਾ ਲਏ, ਫਿਰ ਦੁਕਾਨਦਾਰ ਅੱਖਾਂ ਜੀ ਕੱਢਣਾ ਸ਼ੁਰੂ ਕਰ ਦੂਗਾ। ਜਦੋਂ ਉਹਨੂੰ ਲੱਗੂ ਵੀ ਹੁਣ ਦੁਕਾਨਦਾਰ ਦੁਕਾਨ 'ਚੋਂ ਕੱਢਣ ਲੱਗਿਆ, ਫਿਰ ਮੈਨੂੰ ਕਹੂ ਆਹ ਤੁਸੀਂ ਦੱਸਿਓ ਜੀ, ਉਹ ਭਰੀਏ ਮਾਨ ਸਿੰਘ ਤਾਂ ਪਹਿਲੀ ਦੱਸ ਦਿੰਦਾ ਦੋ ਮਿੰਟ 'ਚ। ਕਿਉਂ? ਲੈਕ ਆਫ ਦਿਸ ਡਿਸੀਜ਼ਨ ਮੇਕਿੰਗ, ਕਿਉਂ? ਰੀਜ਼ਨਿੰਗ, ਕਮਿਊਨੀਕੇਸ਼ਨ ਸਕਿੱਲ ਦੇ ਵਿੱਚ ਯੰਗ ਟੀਚਰਸ, ਨਾਓ ਦਿਸ ਇਜ਼ ਸੂਤਰਾ ਫਾਰ ਯੂ ਮਾਈ ਫਰੈਂਡਸ, ਵੀ ਆਰ ਨੋ ਮੋਰ ਇਨਫੋਰਮੇਸ਼ਨ ਪ੍ਰੋਵਾਈਡਰ। ਜਿਹਨੇ ਜ਼ਿੰਦਗੀ 'ਚ ਟੀਚਿੰਗ ਕਰਨੀ ਹੈ, ਉਹ ਇਹ ਯਾਦ ਰੱਖੇ ਕਿ ਟੀਚਿੰਗ ਦੇ ਤਰੀਕੇ ਬਦਲ ਲਓ। ਵੀ ਹੈਵ ਟੂ ਮੈਂਡ ਆਵਰ ਵੇਜ਼ ਨਾਓ, ਵੀ ਸ਼ੁੱਡ ਨਾਟ ਯੂਜ਼ ਦਾ ਟ੍ਰੈਡੀਸ਼ਨਲ ਮੈਥਡ ਆਫ ਟੀਚਿੰਗ, ਨੋ ਦਿਸ ਨੋਟ ਦੀ। ਮੈਂ ਤਾਂ ਜਿੱਥੇ ਜਾਣਾ, ਈਵਨ ਮੈਂ ਆਪਣੇ ਸਟੂਡੈਂਟਸ ਨੂੰ ਕਹਿ ਕੇ ਜਾਣਾ ਕਿ ਤੁਸੀਂ ਵੀ ਇੱਕ ਕੰਮ ਸ਼ੁਰੂ ਕਰੋ। ਇਹ ਮੈਂ ਸਿੱਖਿਆ ਸੀ, ਮੈਂ ਆਸਟ੍ਰੇਲੀਆ ਸਿਡਨੀ ਤੋਂ 3.5 ਘੰਟੇ ਦੂਰ ਨਿਊ ਕੈਸਲ ਹੈ, ਮੈਂ ਉੱਥੇ ਪੜ੍ਹਾ ਰਿਹਾ, ਅਤੇ ਆਈ ਵਾਜ਼ ਵਿਦ ਦੈਮ ਫੋਰ ਸਮ ਡੇਜ਼ ਓਨਲੀ। ਜਦੋਂ ਮੈਂ ਪਹਿਲੇ ਲੈਕਚਰ ਦਿੱਤਾ, ਸਾਡੇ ਵਾਂਗ ਕਿਸੇ ਨੇ ਪੈਨ ਨਹੀਂ ਚੱਕਿਆ, ਕੁਛ ਨਹੀਂ ਕੀਤਾ। ਮੈਂ ਉਹਨਾਂ ਦੇ ਟੀਚਰ ਨੂੰ ਪੁੱਛਿਆ, ਵਟ ਹੈਪਨ ਨਜ਼ਰੀਨ, ਡਾਕਟਰ ਸਿੰਘ ਐਵਰੀਥਿੰਗ ਇਜ਼ ਓਕੇ? ਮੈਂ ਕਿਹਾ ਯਾਰ ਇਹਨੇ ਤਾਂ ਕਿਸੇ ਨੇ ਨੋਟਸ ਨਹੀਂ ਲਿਆ। ਨੋ, ਕਹਿੰਦੇ ਸਾਡੇ ਨੋਟਸ ਨਹੀਂ, ਅਸੀਂ ਤਾਂ ਕਹਿੰਦੇ ਸਾਰੇ ਜਿਹੜੇ ਸਟੂਡੈਂਟਸ ਨੇ ਰਿਕਾਰਡ ਕਰਦੇ ਨੇ ਅਤੇ ਜਾ ਕੇ ਉਹ ਕੰਪਿਊਟਰ 'ਚ ਪਾ ਲੈਂਦੇ ਨੇ। ਮੈਂ ਸਟੂਡੈਂਟਸ ਨੂੰ ਕਹਿੰਦਾ ਰਿਕਾਰਡਿੰਗ ਸ਼ੁਰੂ ਕਰੋ ਤਾਂ ਕਿ ਟੀਚਰ ਇੱਧਰ ਉੱਧਰ ਨਾ ਜਾਣ।
ਇੱਧਰ ਉੱਧਰ ਗੱਲਾਂ ਨਾ ਮਾਰਨ, ਤਿਆਰੀ ਕਰਕੇ ਆਉਣ। ਅਤੇ ਟੀਚਰਸ ਕੀ ਕਰਨ? ਉਹ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ। ਮੈਂ ਹੁਣ ਫਰਮ ਮੀਡੀਆ ਦਾ ਟੀਚਰ ਹਾਂ, ਵਟ ਇਜ਼ ਮੀਡੀਆ ਇਹ ਮੈਂ ਕਿਉਂ ਦੱਸੂੰਗਾ? ਉਹ ਤਾਂ ਉਹਨਾਂ ਦੀ ਜੇਬ 'ਚ ਹੈ, ਗੂਗਲ 'ਚ ਜਾਓ ਕਿੰਨੀਆਂ ਪੁੱਛ ਪਏ। ਅਤੇ ਫਿਰ ਮੇਰਾ ਕੰਮ ਕਿੱਥੇ ਸ਼ੁਰੂ ਹੈ? ਉਹ ਦੋ ਅੱਗੇ ਇੰਟਰਪ੍ਰੀਟੇਸ਼ਨ ਸਕਿੱਲ ਦੇ ਐਂਗਲ ਤੋਂ, ਔਰ ਸਕਿੱਲ ਦੇ ਕੀ ਹੈ ਸਭ ਪਬਲਿਕ ਸਪੀਕਿੰਗ 'ਚ ਵੀ ਆਪਾਂ ਗੱਲ ਕਰਦੇ ਹਾਂ। ਹੁਣ ਚੰਡੀਗੜ੍ਹ ਮੈਂ ਜਾ ਕੇ ਆਇਆ, ਉਹਨਾਂ ਦਾ ਮੈਂ ਕਿਹਾ ਕਿ ਜਿਹੜੇ ਟੀਚਰਸ ਆ ਤੁਸੀਂ ਯੂਥ ਫੈਸਟੀਵਲ 'ਤੇ ਜਾਂਦੇ ਹੋ, ਟ੍ਰਿਪਲ ਸੀ ਟ੍ਰਿਪਲ ਡੀ ਆਲਵੇਸ ਯੂ ਸ਼ੁਡ ਕੀਪ ਇਨ ਮਾਇੰਡ ਐਵਰੀ ਸਟੂਡੈਂਟ, ਵਟ ਇਜ਼ ਟ੍ਰਿਪਲ ਸੀ? ਕੰਟੈਂਟ, ਕੋਨਫੀਡੈਂਸ, ਕਮਿਊਨੀਕੇਸ਼ਨ। ਵਟ ਇਜ਼ ਟ੍ਰਿਪਲ ਡੀ? ਡਾਟਾ ਕਲੈਕਸ਼ਨ, ਡਾਟਾ ਸਿਲੈਕਸ਼ਨ, ਡਾਟਾ ਅਰੇਂਜਮੈਂਟ। ਜਿਹਨੂੰ ਇਹ ਆ ਗਿਆ ਵਧੀਆ ਟੀਚਰ ਬਣ ਗਏ, ਔਰ ਅਦਰਵਾਈਜ਼ ਕੰਟੈਂਟ ਤੋਂ ਬਿਨਾਂ ਕੁਛ ਵੀ ਨਹੀਂ। ਕੰਟੈਂਟ ਨੂੰ ਤੁਸੀਂ ਬੋਲਣਾ ਕਿਵੇਂ ਹੈ, ਤੁਹਾਡੇ ਆਪ ਜੀ ਕਿਵੇਂ ਬੋਲਦੇ ਨੇ, ਦੱਸੋ। ਵੇਰੀਏਸ਼ਨ ਆਫ ਵੋਇਸ, ਇੱਕ ਰਿਸਰਚ ਆਈ ਹੈ ਮਾਈ ਫਰੈਂਡਸ, 58, 30, 55, 48, 7, 55 ਜੋ ਹੈ ਉਹ ਸਿਰਫ ਬਾਡੀ ਲੈਂਗੁਏਜ, 38 ਤੁਹਾਡੀ ਵੇਰੀਏਸ਼ਨ ਆਫ ਵੋਇਸ, 7 ਹੈ ਘੰਟੇ ਇੰਪੈਕਟ ਜਿਹੜਾ। ਅਤੇ ਅਸੀਂ 58 ਨੂੰ ਖਿਆਚ ਰੱਖੇ, ਗੱਲਬਾਤ ਕਰਦੇ ਹਾਂ ਉੱਥੋਂ ਤੋਂ ਲੈ ਕੇ ਇਹ ਬੱਚੇ ਨਾਲ, ਜਦੋਂ ਅਸੀਂ ਸਾਡੇ ਥੋੜ੍ਹਾ ਆਈ ਕੰਟੈਕਟ ਹੋਣਾ ਚਾਹੀਦਾ। ਆਈ ਕੰਟੈਕਟ ਕਿੰਨੇ ਟਾਈਮ ਦਾ ਹੋਊ? 2 ਮਿੰਟ ਦਾ, 2 ਸਕਿੰਟ ਦਾ? ਆਈਡੀਅਲ ਟਾਈਮ ਇਸ 2 to 6 ਸਕਿੰਟ। ਜਿਹੜਾ 16 ਸਕਿੰਟ ਤੋਂ ਵੱਧ ਆਈ ਕੰਟੈਕਟ ਹੈ ਕਿਸੇ ਨਾਲ, ਉਹ ਘੂਰਨਾ ਹੈ। ਜਦੋਂ ਆ ਕੇ ਮੈਨੂੰ ਦੱਸਦੇ ਨੇ ਜੀ ਆਸਟ੍ਰੇਲੀਆ 'ਚ ਕੁੱਟ ਪਈ, ਮੈਂ ਕਿਹਾ ਪਊਗੀ ਇਹਨਾਂ ਦੇ, ਇਹ ਰੇਸਿਜ਼ਮ ਨਹੀਂ ਹੈ, ਇਹ ਜਿਵੇਂ ਅੱਖਾਂ ਪੜ ਪੜ ਕੇ ਝਾਕਦੇ ਨੇ ਨਾ, ਇਹਨਾਂ ਦੇ ਕੁੱਟ ਤੋਂ ਬਿਨਾਂ ਹੁੱਕ ਪੈ ਨਹੀਂ ਸਕਦਾ। ਪਿੱਛੇ ਮੁੜ ਕੇ ਵੀ ਦੇਖਣਗੇ ਉਹ ਭਲੇ ਉਹ ਮਾਨਸੋ, ਇਹਨਾਂ ਦੀ ਪ੍ਰਾਈਵੇਟ ਲਾਈਫ ਹੈ, ਤੁਸੀਂ ਕੀ ਲੈਣਾ ਇੱਥੇ? 2 ਸਕਿੰਟ ਤੋਂ ਵੱਧ ਜੇ ਤੁਸੀਂ ਆਈ ਕੰਟੈਕਟ ਹੋ ਰਿਹਾ ਹੈ ਤਾਂ ਉਦੋਂ ਬਾਅਦ 16 ਸਕਿੰਟ ਤੋਂ ਵੱਧ ਜੇ ਦੇਖਦੇ ਹੋ ਤਾਂ ਭਾਈ ਸਾਹਿਬ ਗੜਬੜ ਹੈ। ਔਰ ਪੰਜਾਬੀ ਦੇ ਟੀਚਰ ਖੜ੍ਹੇ ਨੇ, ਆਲੋਚਕ ਕੌਣ ਹੁੰਦਾ ਹੈ? ਜਿਹੜੇ ਸਾਡੀ ਅੱਖਾਂ ਨੇ ਇਹਨੂੰ ਲੋਚਨ ਕਹਿੰਦੇ ਹਾਂ ਅਸੀਂ, ਲੋਚਨ ਬਖਸ਼ੀ ਉੱਥੇ ਨਾਂ ਆਉਂਦਾ। ਆਲੋਚਕ ਹੁੰਦਾ ਜਿਹੜਾ ਚੰਗੀ ਤਰ੍ਹਾਂ ਦੇਖਦਾ, ਉਸਨੂੰ ਆਲੋਚਨਾ ਤਾਂ ਕਰਦਾ। ਅਤੇ ਜਿਹੜਾ ਬੰਦਾ 16 ਸਕਿੰਟ ਤੋਂ ਬਾਅਦ ਇੱਕੋ ਬੰਦੇ ਨੂੰ ਦੇਖੀ ਜਾਂਦਾ ਹੈ, ਸਾਡਾ ਜਿਹੜਾ ਫੋਕ ਕਲਚਰ ਹੈ ਬੜਾ ਘਟੀਆ ਨਾਂ ਦਿੱਤਾ ਹੈ, ਲੁੱਚਾ ਫੁੱਟਦੇ ਨੇ ਲੋਕ ਉਹਨੂੰ। ਸਾਨੂੰ ਪਤਾ ਹੀ ਵੀ ਅਸੀਂ ਕਿੰਨਾ ਕੁ ਆਈ ਕੰਟੈਕਟ ਰੱਖਣਾ, ਪਤਾ ਲੱਗੇਗਾ। ਅਸੀਂ ਕੱਲ੍ਹ ਇੰਟਰਵਿਊ 'ਤੇ ਜਾਣਾ, ਅਸੀਂ ਲੋਕਾਂ 'ਚ ਗੱਲਬਾਤ ਕਰਨੀ ਹੈ, ਇਹ ਸਾਰਾ ਕੁਛ ਹੀ ਹੈ। ਪਹਿਲੇ 2 ਪੇਪਰ ਦੀ ਗੱਲ ਕਰ ਲਿਆ ਮੈਂ, ਜੇ ਤੁਸੀਂ ਇਹਨੂੰ ਪੜ੍ਹਨਾ ਸ਼ੁਰੂ ਕਰੋਗੇ ਕਮਿਊਨੀਕੇਟ ਸਕਿੱਲ, ਤੁਹਾਡੀ ਲੈਂਗੁਏਜ, ਤੁਹਾਡਾ ਸਾਰਾ ਕੁਛ ਹੋ ਚਾਹੀਦਾ, ਅਤੇ ਉਦੋਂ ਬਾਅਦ ਹੈ ਬਾਕੀ ਕੰਮ ਤਾਂ। ਸੋ ਇਹ ਜਿਹੜੇ ਪਬਲਿਕ ਸਪੀਕਿੰਗ ਜਾਂ ਗੱਲਬਾਤ ਕਰਨੀ ਹੈ ਜਾਂ ਕਿਵੇਂ ਉੱਚੀ ਬੋਲਣਾ, ਕਿਵੇਂ ਹੇਠਾਂ ਬੋਲਣਾ, ਆਡੀਅੰਸ ਕਿਵੇਂ ਬੋਲਣਾ। ਹੁਣ ਇਹੀ ਗੱਲ ਜੇ ਕੋਈ ਮੈਂ ਪੋਲੀਟੀਕਲ ਰੈਲੀ ਕਰਦਾ ਹੋਵਾਂ, ਮੈਂ ਇਹ ਟੋਨ 'ਚ ਨਹੀਂ ਬੋਲੂੰਗਾ। ਜੇ ਮੈਂ ਪੋਲੀਟੀਕਲ ਰੈਲੀ ਕਰਦਾ, ਸਪੋਜ਼ ਮੈਂ ਵੋਟਾਂ ਬਣਾ, ਕਿਆ ਹਮ ਇਨਸੇ ਪੁੱਛ ਨਹੀਂ ਸਕਤੇ, ਇਹਨਾਂ ਨੇ 60 ਸਾਲ ਮੈਂ ਕਿਹਾ ਕੀ ਆ। ਹੁਣ ਜੇ ਕੋਈ ਸੰਤ ਹੈ ਬੋਲੂਗਾ, ਸੰਤ ਦੀ ਕਰਦੀ ਟੋਨ, ਟੀਚਰ ਦੀ ਕਰਦੀ ਟੋਨ। ਇਹ ਵੀ ਛੋਟੀਆਂ ਛੋਟੀਆਂ ਗੱਲਾਂ, ਵੱਡੀਆਂ ਗੱਲਾਂ ਨੇ ਇਹ, ਜਿਹਦੇ 'ਚ ਤੁਹਾਡੀ ਜ਼ਿੰਦਗੀ ਬਣਨੀ ਹੈ, ਜਿਹਨੇ ਤੁਹਾਨੂੰ ਰਾਈਟ। ਸੋ ਜਦੋਂ ਤੁਸੀਂ ਇਹ ਕਰਦੇ ਹੋ, ਪਹਿਲੇ 2 ਪੇਪਰ ਇਹ ਪਾਸ ਕਰ ਜਾਂਦੇ ਹੋ, ਫਿਰ ਆਉਂਦਾ ਸਾਡੇ ਕੋਲ ਪਹਿਲੇ 3 ਪੇਪਰ, ਇਹਨੂੰ ਮੇਨ ਕਹਿੰਦੇ ਹਾਂ ਅਸੀਂ, ਇਹ 3 ਪੇਪਰ ਫਿਰ ਲੈਂਗੁਏਜ ਦਾ। ਇੱਥੇ ਇੱਕ ਗੱਲ ਤੁਹਾਨੂੰ ਦੱਸਦਾ, ਕੰਪਲੈਕਸ ਜਿਹੜਾ ਇੰਗਲਿਸ਼ ਦਾ ਇਹਦੇ 'ਚ ਨਹੀਂ, ਪਹਿਲੇ ਜਿਹੜਾ ਪੇਪਰ ਹੈ, ਜਿਹੜੇ ਪਹਿਲੇ 2 ਪੇਪਰ ਨੇ ਉਹ 'ਚ ਲੈਂਗੁਏਜ ਦੀ ਲੋੜ ਹੀ ਨਹੀਂ, ਉਹ ਓਬਜੈਕਟਿਵ ਟਾਈਪ ਹੁੰਦੇ ਨੇ। ਓਬਜੈਕਟਿਵ ਟਾਈਪ ਦੇ ਵਿੱਚ ਹਿੰਦੀ ਔਰ ਇੰਗਲਿਸ਼ 'ਚ ਆਉਂਦੇ ਨੇ, ਤੁਸੀਂ ਟਿਕ ਕਰਨਾ ਦਾ ਮਲਟੀਪਲ ਚੋਇਸ, ਦਿਸ ਨੋ ਨੀਡ, ਕੋਈ ਡਰ ਨਹੀਂ ਇੰਗਲਿਸ਼ ਦਾ। ਇੰਗਲਿਸ਼ ਦਾ ਇੱਕ ਪੇਪਰ ਪਾਸ ਕਰਨਾ ਤੁਸੀਂ 300 ਨੰਬਰ ਦਾ ਬਸ, ਉਹ ਤੋਂ ਬਾਅਦ ਸਾਰਾ ਕੁਛ ਤੁਸੀਂ ਆਪਣੀ ਲੈਂਗੁਏਜ ਕਰ ਸਕਦੇ। ਇਸੇ ਕਰਕੇ ਅਸੀਂ ਬਹੁਤ ਪਿੱਛੇ ਹਾਂ।
बिहारी साहब तो सब तो अगे ने वो हिंदी च करते हैं सानू हिंदी भी नहीं आती पंजाबी असीं पढ़ते नहीं अंग्रेजी सर साडे जल्दी खत्म हो जाती है किसी एक लैंग्वेज तो हो ही है ना जदों असीं इस नूं तैयार करना है पहले दो पेपर कहीं इंग्लिश तो इलावा एनी इंडियन लैंग्वेज थोड़ी पंजाबी होगी उदों बाद जिहड़े तुहाडे कोल एक एसे लिखना होंदा है वह जो एसे लिखना तुसीं वो किसी भी लैंग्वेज हो सकता है पंजाबी हो सकता है ये तीन पेपर लैंग्वेज का संबंध उदों बाद साढ़े कोल होंदे ने चार पेपर जनरल स्टडीज जनरल स्टडी दे विच उही कुछ है जो असीं पहला ऑब्जेक्टिव टाइप देखे चलो आ देखो जनरल स्टडी का पेपर है पहला जो सैकेंड पेपर पहला पेपर हिस्टरी का हैरीटेज कल्चर हिस्टरी जोग्राफी कॉन्स्टिट्यूशन पॉलिटिक मतलब जो असीं उत्थे ऑब्जेक्टिव टाइप सी इत्थे सानूं इन डिटेल करना पैंदा यह होंदा है इस तरह एक ऑप्शनल पेपर होंदा ਤੁਹਾਡੇ ਜਿਹੜੇ 25 ਸਬਜੈਕਟ ਨੇ ਉਹਨਾਂ ਦੇ ਵਿੱਚੋਂ ਕੋਈ ਇੱਕ ਸਬਜੈਕਟ ਤੁਸੀਂ ਲੈਣਾ ਹੁੰਦਾ ਜਿਹਨੂੰ ਤੁਸੀਂ ਜਿਹੜਾ ਇਸ ਇਹਦੇ 'ਚ ਸੋਸ਼ੀਓਲੋਜੀ ਫਿਜ਼ਿਕਸ ਕੋਈ ਪੇਪਰ ਦੇਣਾ ਹੁੰਦਾ ਫਿਰ ਤੁਹਾਡੇ ਕੋਲ ਆ ਜਾਂਦਾ ਸਾਡੇ ਕੋਈ ਇੰਡੀਅਨ ਲੈਂਗੁਏਜ ਦਾ ਤੁਸੀਂ ਲਿਟਰੇਚਰ ਲੈ ਸਕਦੇ ਇੱਕ ਪੇਪਰ ਫਿਰ ਬੱਚਿਓ ਜਿਹੜਾ ਇਹਨੂੰ ਵੀ ਪਾਸ ਕਰ ਲੈਂਦਾ ਸਾਡਾ ਪਰਸਨੈਲਿਟੀ ਟੈਸਟ ਆਉਂਦਾ ਪਰਸਨੈਲਿਟੀ ਟੈਸਟ ਹੁੰਦੀ ਹੈ ਇੰਟਰਵਿਊ ਜਿਹ 'ਚ ਮੈਨੂੰ ਫਿਰ ਲੱਗਦਾ ਕਿ ਕਿਤੇ ਨਾ ਕਿਤੇ ਸਾਡੀ ਪ੍ਰੋਬਲਮ ਹੈ ਲੈਂਗੁਏਜ ਤਾਂ ਅਸੀਂ ਇੰਟੈਲੀਜੈਂਟ ਟੈਸਟ ਤਾਂ ਹੋ ਗਿਆ ਇੰਟਰਵਿਊ 'ਚ ਅਸੀਂ ਕੀ ਦੇਖਦੇ ਹਾਂ ਤੁਸੀਂ ਤੁਹਾਡਾ ਕੋਨਫੀਡੈਂਸ ਤੁਸੀਂ ਆਉਣਾ ਕਿਵੇਂ ਹੈ ਬੋਲਣਾ ਕਿਵੇਂ ਹੈ ਤੁਹਾਡੇ ਕੱਪੜੇ ਕਿਹੋ ਜਿਹੇ ਨੇ ਤੁਹਾਡੀ ਲੌਜਿਕ ਕਿਹੋ ਜਿਹਾ ਤੁਹਾਡੇ ਕੋਲ ਤੁਸੀਂ ਹਾਜ਼ਰ ਜਵਾਬ ਕਿੰਨੇ ਹੋ ਇਹ ਸਾਰਾ ਕੁਛ ਉਹ 'ਚ ਦੇਖਦੇ ਔਰ ਬਹੁਤ ਵਾਰ ਤਾਂ ਮੈਨੂੰ ਹੈਰਾਨੀ ਹੁੰਦੀ ਹੈ ਮੈਂ ਪ੍ਰੈਸਾਂ ਦੇ ਇੰਟਰਵਿਊ 'ਚ ਬੈਠਾ ਇੱਕ ਮੁੰਡਾ ਆਇਆ ਕੰਨਾਂ 'ਚ ਉਹਦੇ ਨੱਤੀਆਂ ਲਾਲ ਉਹਦੇ ਪੈਂਟ ਪਾਈ ਉੱਤੇ ਉਹਦੇ ਝੱਗੀ ਜੀ ਪਾਈ ਜੈਲ ਲਾ ਕੇ ਉਹਨੇ ਬੋਦੀਆਂ ਖੜੇ ਕੀਤੀਆਂ ਸੱਚਮੁੱਚ ਪ੍ਰੈਸ ਸਾਹਿਬ ਉਹ ਜੇ ਜੀ ਬੀ ਦਾ ਵੱਡਾ ਭਰਾ ਲੱਗਦਾ ਸੀ ਮੈਂ ਉਹਨੂੰ ਪੁੱਛਿਆ ਪਹਿਲੇ ਕੁਸ਼ਚਨ ਮੈਂ ਕਿਹਾ ਤੈਨੂੰ ਨੱਤੀਆਂ ਅਤੇ ਬਹੂ ਨੂੰ ਫੁੱਲ ਪਾਵਾਂ ਵਿਆਹ ਕਰਵਾ ਮਿੱਤਰਾ ਵਟ ਇਜ਼ ਦਾ ਮੀਨਿੰਗ ਆਫ ਦਿਸ ਵਟ ਨਤੀਸ ਆਈ ਡੋਂਟ ਨੋ ਵਟ ਇਜ਼ ਨਤੀਸ ਮੈਂ ਪਾਈ ਯੈਸ ਫੈਸ਼ਨ ਫੈਸ਼ਨ ਮੈਂ ਕਿਹਾ ਹੁਣ ਤੈਨੂੰ ਬੈਠੇ ਤੁਸੀਂ ਕੋਈ ਦੂਜੇ ਪਾਸੇ ਹੈ ਇੱਕ ਮੁੰਡਾ ਬਹੁਤ ਵਧੀਆ ਲੇਕਿਨ ਉਹਦੀ ਆਦਤ ਹੋਰ ਬੜੀ ਮਾੜੀ ਉਹ ਜਦੋਂ ਜਵਾਬ ਦੇਵੇ ਖਾਸ ਕਰੇ ਕਮਾਲ ਹੈ ਯਾਰ ਮਤਲਬ ਸਮ ਟਾਈਮ ਬੰਦੇ ਵਧੀਆ ਹੁੰਦੇ ਨੇ ਲੇਕਿਨ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਕੱਪੜੇ ਕਿਹੜੇ ਪਾ ਕੇ ਜਾਣੇ ਅਸੀਂ ਬੋਲਣਾ ਕਿਵੇਂ ਹੈ ਤੁਹਾਡੇ ਵੀ ਹੁੰਦੇ ਨੇ ਉਹਦੇ ਮਨ 'ਚ ਨਹੀਂ ਹੋਊਗਾ ਬੱਚੇ ਖੜੇ ਕਰਦੇ ਮਨ 'ਚ ਨਹੀਂ ਹੋਊਗਾ ਵੀ ਇਹ ਕਿਸ ਤਰ੍ਹਾਂ ਦਾ ਨੋ 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 ਸਮ ਟਾਈਮਸ ਭੋਲੇ ਭਾਈ ਹੁਣ ਮੈਂ ਕਈ ਵਾਰ ਦੇਖਦਾ ਤਾਂ ਬੱਚਿਆਂ ਦੇ ਸਰ ਫਿਰ ਕਦੋਂ ਆਇਆ ਬਈ ਤੂੰ ਡਰਾਉਣ ਆਇਆ ਮੁੱਛਾਂ ਦੇ ਹੱਥ ਪੈ ਰਿਹਾ ਉਹਨੂੰ ਪਤਾ ਹੀ ਨਹੀਂ ਕਿਵੇਂ ਬੈਠਿਆ ਤੁਸੀਂ ਦੇਖੋ ਨਾ ਜਦੋਂ ਐਂਟਰ ਕੀਤੇ ਇੱਕ ਲੇਡੀ ਬੈਠੀ ਹੈ ਚਾਰ ਮੈਂਬਰ ਬੈਠੇ ਨੇ ਗੁੱਡ ਮੋਰਨਿੰਗ ਮੈਮ ਐਂਡ ਸਰ ਜਾਂ ਗੁੱਡ ਮੋਰਨਿੰਗ ਸਰ ਜਾਂ ਮੈਮ ਕਹਿਣਾ ਨੋ ਵੀ ਯੂ ਹੈਵ ਨੋ ਆਈਡੀਆ ਉਹ ਬੈਠੇ ਉਹਨਾਂ ਨੇ ਤੁਸੀਂ ਐਂਟਰ ਕੀਤਾ ਉਹ ਚੁਟਕਲੇ 'ਤੇ ਹੱਸ ਰਹੇ ਨੇ ਤੁਸੀਂ ਨਾਲ ਜਾ ਕੇ ਹੈ ਕਰ ਦੋਗੇ ਜਾਂ ਕੀ ਕਰੋਗੇ ਨਹੀਂ ਪਤਾ ਤੁਹਾਡੇ ਬੈਠੇ ਤੋਂ ਚਾਹ ਦੀ ਉਹਨਾਂ ਨੇ ਚਾਹ ਆਫਰ ਕੀਤੀ ਤੁਸੀਂ ਚਾਹ ਪੀਣੀ ਜਾਂ ਨਹੀਂ ਪੀਣੀ ਇਹ ਵੀ ਛੋਟੇ ਛੋਟੇ ਗੱਲਾਂ ਨੇ ਹਾਜ਼ਰ ਜਵਾਬ ਕਿੰਨੇ ਹੋ ਸਨੌਰ ਦਾ ਮੁੰਡਾ ਸਪੋਰਟਸ ਕੋਟੇ 'ਚੋਂ ਪੀ ਸੀ ਐੱਸ ਆਇਆ ਹੁਣ ਪਿਛਲੇ ਉਹਦੇ 'ਚ 40 ਸਾਲ ਦਾ ਵਿਚਾਰਾ ਤੀਜੀ ਵਾਰ ਇੰਟਰਵਿਊ 'ਤੇ ਗਿਆ ਜਨਰਲ ਚੇਅਰਮੈਨ ਉਹਨੂੰ ਕਹਿੰਦਾ ਆਰ ਯੂ ਮੈਰਿਡ ਉਹ ਕਹਿੰਦਾ ਸਰ ਮੇਰੀ ਮੈਰਿਜ ਤਾਂ ਤੁਹਾਡੇ ਹੱਥ ਹੈ ਉਹ ਇੱਕਦਮ ਕਹਿੰਦਾ ਹਾਓ ਕਹਿੰਦਾ 2.5 ਕਿੱਲੇ ਜ਼ਮੀਨ ਹੈ ਜੱਟਾਂ ਦੇ ਮੁੰਡੇ ਦਾ 2.5 ਕਿੱਲੇ ਕਿਹੜੇ ਕੁੜੀ ਦਿੰਦਾ ਜੇ ਤੁਸੀਂ ਸਿਲੈਕਟ ਕਰ ਲਿਆ ਤਾਂ ਮੇਰੇ ਮੈਰਿਜ ਉਦੋਂ ਨਹੀਂ ਦਿੰਦੀ ਐਂਡ ਯੂ ਆਰ ਸਿਲੈਕਟਡ ਉਹਨੇ ਮੈਂ ਉਹਨਾਂ ਨੂੰ ਆਨਰ ਕੀਤਾ ਬੁਲਾਇਆ ਤੁਹਾਨੂੰ ਐਸਾ ਕੁਛ ਨਹੀਂ ਪਰ ਟ੍ਰੇਨ ਕਰਦੇ ਹੁਣ ਇੱਥੇ ਸਾਡੀਆਂ ਤੁਹਾਡੇ ਗਿੱਲ ਸਾਹਿਬ ਖੜੇ ਨੇ ਇਹਨਾਂ ਦੇ ਗੁਆਂਢ 'ਚ ਕੁੜੀ ਹੈ ਉਹਨੂੰ ਪੁੱਛ ਲਓ 3 ਕੁੜੀਆਂ ਆਈਆਂ ਇੱਕ ਘਨੌਰ ਦੀ ਇੱਕ ਬਹਾਦਰਗੜ੍ਹ ਦੀ ਇੱਕ ਸੁਨਾਮ ਦੀ ਆਈਆਂ ਆਈਏਐਸ ਕਰਨ 3 ਸਬ ਇੰਸਪੈਕਟਰ ਬਣ ਗਿਆ ਪੁਲਿਸ 'ਚ
ਜਿਹੜਾ ਦਸੰਬਰ ਚ ਟਿਕੀ ਹੋਈ ਹੈ। ਇੱਕ ਦਸ ਮਿੰਟ ਸੁਨੇਹਾ ਆਇਆ, ਕਹਿੰਦੀ ਸਰ ਉਹਦੀ ਭੈਣ ਆਈ, ਕਹਿੰਦੀ ਸਰ ਉਹ ਕਹਿੰਦੀ ਆ ਵੀ ਉਹਦਾ ਹੁਣ ਵਰਦੀ ਪਾ ਕੇ ਆਓ ਟ੍ਰੇਨਿੰਗ ਤੋਂ ਬਾਅਦ। ਔਰ ਤਿੰਨੇ ਪ੍ਰੈਸਾਂ 93 ਦਾ ਬਰਥ ਹੈ, ਆਯੂ ਤੋਂ ਘੱਟ ਨਹੀਂ ਰਿਟਾਇਰ ਹੋਣਗੇ, ਸਿਰਫ ਥੋੜ੍ਹੀ ਟ੍ਰੇਨਿੰਗ ਦੀ ਲੋੜ ਸੀ। ਸਾਨੂੰ ਪਤਾ ਨਹੀਂ ਹੁੰਦਾ, ਸਾਡੀ ਸੁਭਾਵਨਾਵਾਂ ਨੇ ਬੱਚੇ ਨੂੰ ਪਤਾ ਨਹੀਂ ਹੈ। ਇਸ ਕਰਕੇ ਨਹੀਂ ਕਿ ਤੁਹਾਡੇ 'ਚ ਕੋਈ ਕਸੂਰ ਹੈ, ਸਾਨੂੰ ਜੇ ਤੁਸੀਂ ਕਦੇ ਸਰਕਸ ਦੇਖੀ ਹੈ, ਉੱਥੇ ਇੱਕ ਐਲੀਫੈਂਟ ਨੂੰ ਇੱਕ ਪਤਲੀ ਚੇਨ ਨਾਲ ਵੰਡਿਆ ਹੁੰਦਾ, ਉਹ ਇੱਕ ਝਟਕਾ ਮਾਰੇ ਉਹਨੂੰ ਚੇਨ ਨੂੰ ਤੋੜ ਸਕਦਾ ਪਰ ਤੋੜਦਾ ਨਹੀਂ। ਉਹਦਾ ਰੀਜ਼ਨ ਕੀ ਹੈ ਕਿ ਜਦੋਂ ਬੇਬੀ ਐਲੀਫੈਂਟ ਹੁੰਦਾ ਨਾ, ਉਹਨੂੰ ਉਸੇ ਚੇਨ ਨਾਲ ਵੰਡਿਆ ਹੁੰਦਾ, ਉਹਨੇ ਇੰਨਾ ਜ਼ੋਰ ਲਾਇਆ ਹੁੰਦਾ ਉਹ ਟੁੱਟਦੀ ਨਹੀਂ। ਫਿਰ ਉਹਦੀ ਮਨ ਦੀ ਕੰਡੀਸ਼ਨਿੰਗ ਹੋ ਜਾਂਦੀ ਹੈ, ਫਿਰ ਉਹ ਵੱਡਾ ਹੋ ਕੇ ਨਹੀਂ ਸੋਚਦਾ। ਇੱਕ ਰਾਜਸਥਾਨ ਦੇ ਵਿੱਚ ਨਾ ਇੱਕ ਬੰਦਾ, ਉਹ ਆਪਦੇ ਜਾਨਵਰ ਨੂੰ ਕੈਮਲ ਨੂੰ ਬੰਨਣਾ ਸੀ, ਉਹਦੇ ਕੋਲ ਰੱਸੀ ਨਹੀਂ ਸੀ। ਉਹ ਗਿਆ ਉੱਥੇ ਕੁਟੀਆ 'ਚ, ਕਹਿੰਦੇ ਰੱਸੀ ਦੇ। ਉਹ ਕਹਿੰਦਾ ਫਕੀਰਾਂ ਨੂੰ ਰੱਸੀ ਦੀ ਕੀ ਲੋੜ ਹੈ, ਕਰਨਾ ਕੀ ਹੈ? ਕਹਿੰਦਾ ਜੀ ਉਹ ਅਸੀਂ ਬੰਨਣਾ। ਉਹ ਕਹਿੰਦਾ ਕੋਈ ਗੱਲ ਨਹੀਂ, ਜਿਵੇਂ ਡੇਲੀ ਬੰਨਦੇ ਹੋ ਉਵੇਂ ਜਾ ਕੇ ਬੰਨੋ। ਉਹਨੇ ਉਵੇਂ ਰੱਸੀ ਦੀ ਐਕਟਿੰਗ ਕੀਤੀ, ਉਵੇਂ ਉਹਨੇ ਕਿੱਲਾ ਕੱਢਿਆ ਅਤੇ ਬੰਨਤਾ ਜਾਨਵਰ ਬੈਠ ਗਿਆ। ਦੂਜੇ ਦਿਨ ਬਾਕੀ ਜਾਨਵਰ ਤਾਂ ਖੋਲ ਤੇ ਚੁੱਕ ਗਿਆ, ਉਹ ਨਾ ਤੁਰੇ। ਉਹ ਜਾ ਕੇ ਸਾਧੂ ਨੂੰ ਕਹਿੰਦਾ ਯਾਰ ਚੰਗਾ ਤੁਸੀਂ ਜਾਦੂ ਲਾਇਆ, ਉਹ ਤਾਂ ਤੁਰਦਾ ਨਹੀਂ। ਕਹਿੰਦਾ ਕੋਈ ਗੱਲ ਨਹੀਂ, ਜਿਵੇਂ ਤੁਸੀਂ ਉਹਨੂੰ ਬੰਨਿਆ ਉਵੇਂ ਖੋਲਣ ਦੀ ਐਕਟਿੰਗ ਕਰੋ। ਉਹਨੇ ਜਾ ਕੇ ਖੋਲਣ ਦੀ ਐਕਟਿੰਗ ਕੀਤੀ, ਤੁਰ ਪਿਆ। ਕਿਉਂ? ਕਿਉਂ ਉਹਦੀ ਕੰਡੀਸ਼ਨਿੰਗ ਹੋ ਗਈ ਸੀ। ਬਾਜ਼ ਦਾ ਅੰਡਾ ਕਿਤੇ ਮੁਰਗੀਆਂ ਦੇ ਅੰਡੇ 'ਚ ਆ ਗਿਆ, ਬੱਚਾ ਨਿਕਲਿਆ ਮੁਰਗੀਆਂ ਨਾਲ ਖੇਡਦਾ ਫਿਰਦਾ, ਉੱਤੇ ਨੂੰ ਝਾਕ ਲਿਆ ਉਹਨੂੰ ਮੁਰਗੀ ਦੇ ਚੂਚੇ। ਕਹਿੰਦੇ ਕਹਿੰਦੇ ਇਹ ਆਪਣਾ ਕੰਮ ਨਹੀਂ, ਆਪਾਂ ਤਾਂ ਇੱਥੇ ਹੀ। ਅਚਾਨਕ ਕੋਈ ਬਿੱਲਾ ਪੈ ਗਿਆ ਅਤੇ ਉਹ ਫਿਰ ਉੱਡਿਆ ਅਤੇ ਜਾ ਕੇ ਅਸਮਾਨ 'ਚ ਜਾ ਬਣਿਆ। ਕਿਉਂ? ਉਹਨੂੰ ਸਮਝ ਆ ਗਈ ਸੀ ਕਿ ਸਾਨੂੰ ਕਈ ਵਾਰੀ ਸਮਝ ਹੀ ਨਹੀਂ ਆਉਂਦੀ ਵੀ ਸਾਡੇ 'ਚ ਕਿੰਨੀਆਂ ਸੁਭਾਵਨਾਵਾਂ। ਸਾਨੂੰ ਆਪਣੀ ਸੁਭਾਵਨਾਵਾਂ ਤਲਾਸ਼ਣ ਦੀ ਲੋੜ ਹੈ, ਸਾਨੂੰ ਲੋੜ ਹੈ ਕਿ ਅਸੀਂ ਇਸ ਪਾਸੇ ਨੂੰ ਧਿਆਨ ਦੇਈਏ। ਔਰ ਯਕੀਨ ਮੰਨੋ, ਜੇ ਸਾਡੀਆਂ ਪਿੰਡਾਂ ਦੀਆਂ ਕੁੜੀਆਂ ਨਾ ਪੁਲਿਸ ਵੱਲ ਨੂੰ ਮੂੰਹ ਕਰ ਲੈਣ, ਜਿਹੜੇ ਸ਼ਹਿਰਾਂ ਦੇ ਵਿੱਚ, ਮੈਂ ਜ਼ਿਆਦਾ ਤਾਂ ਨਹੀਂ ਕਹਿੰਦਾ ਵੀ ਉਹ ਪਿੰਡਾਂ ਵਾਲੀਆਂ ਨਹੀਂ ਖਾਂਦੀਆਂ, ਸਮੋਸੇ ਖਾਣ ਪੂਰੀਆਂ ਖਾਣ ਵਾਲੀਆਂ ਚਾਕਲੇਟ ਪੀਜ਼ਾ ਖਾਣ ਵਾਲੀਆਂ ਕੁੜੀਆਂ ਨਾਲ ਉਹਨਾਂ ਦੀ ਫਿਜ਼ੀਕਲ ਤਾਕਤ ਉਹਨਾਂ 'ਚ ਜ਼ਿਆਦਾ, ਉਹ ਜ਼ਿਆਦਾ ਵਧੀਆ ਰਿਜ਼ਲਟ ਦੇਣਗੀਆਂ, ਖਾਸ ਤੌਰ 'ਤੇ ਫਿਜ਼ੀਕਲ ਦੇਣਗੇ। ਸਿਰਫ ਉਹਨਾਂ ਨੂੰ ਇੱਧਰਲੇ ਪਾਸੇ ਆਉਣ ਦੀ ਲੋੜ ਹੈ, ਕਿਉਂਕਿ ਉਹਨਾਂ ਨੂੰ ਇਹ ਸੁਭਾਵਨਾ ਤਾਂ ਪਤਾ ਹੀ ਨਹੀਂ ਗਾ, ਇਸ ਕਰਕੇ ਗੜਬੜ ਹੋ ਰਹੀ ਹੈ। ਸੋ ਐਨੀਵੇ, ਇਹ ਸਾਡੇ ਕੋਲ IAS ਹੈ, ਬਿਲਕੁਲ ਇਸੇ ਤਰ੍ਹਾਂ PCS ਹੈ, 3 times ਸਾਡੇ ਕੋਲ PCS ਹੈ। ਫਰਕ ਕਿੰਨਾ PCS ਦਾ? ਉਹਦੀ ਏਜ 37 ਸਾਲ ਤੱਕ, 37 ਤੱਕ ਤੁਸੀਂ ਅਪੀਅਰ ਹੋ ਸਕਦੇ, ਔਰ ਬਾਕੀ ਸਾਰਾ ਕੁਛ ਸੇਮ ਹੈ, ਐਵਰੀਥਿੰਗ। ਲੇਕਿਨ ਉਹਦੇ 'ਚ ਕੀ ਹੈ? ਉਹਦੇ 'ਚ ਤੁਸੀਂ STM ਲੱਗੋਗੇ, ਤਹਿਸੀਲਦਾਰ ਲੱਗੋਗੇ, DSP ਬਣੋਗੇ। ਔਰ ਹੁਣ ਤਾਂ ਸਾਨੂੰ ਚੰਗਾ ਇਹ ਲੱਗਦਾ ਕਿ ਸਾਡੇ ਬੱਚੇ, ਪਿਛਲੀ ਵਾਰ 16 ਬੱਚੇ ਸਾਡੇ ਇੱਕੋ ਬੈਚ ਦੇ, ਔਰ ਹੁਣ ਰਿਜ਼ਲਟ ਆਉਣਾ, ਇੰਟਰਵਿਊ ਚੱਲ ਰਹੀਆਂ ਨੇ, 10-12 ਇਸ ਵਾਰ ਵੀ ਆ ਜਾਣਗੇ। ਔਰ ਸਾਨੂੰ ਪਤਾ ਜਿਹੜੇ ਲੋਕ ਕਹਿੰਦੇ ਨੇ ਕਿ ਜੀ ਉੱਥੇ ਤਾਂ ਕਰਪਸ਼ਨ ਚੱਲਦੀ ਹੈ, ਘੱਟੋ ਘੱਟ ਇਸ ਐਂਗਲ ਤੋਂ ਮੈਂ ਕਹਿ ਸਕਦਾ ਕਿ ਜਿਸ ਤਰ੍ਹਾਂ ਦੇ ਬੈਕਗਰਾਊਂਡ ਦੇ ਬੱਚੇ ਸਿਲੈਕਟ ਹੋਏ ਨੇ ਮੇਰੇ, ਮੈਂ ਉਹਨਾਂ ਨੂੰ ਸਭ ਨੂੰ ਜਾਣਦਾ ਕਿ ਉਹ ਕਰਪਸ਼ਨ ਤਾਂ ਗੱਲ ਛੱਡੋ, ਲੱਖਾਂ ਰੁਪਏ ਦੀ ਉਹਨੇ ਤਾਂ ਫੀਸ 20,000 ਰੁਪਏ ਦੀ ਸਾਨੂੰ ਜੰਪ ਕਰਨੀ ਪਈ। ਔਰ ਫੀਸ ਵੀ ਕਈ, ਇੱਕ ਬੱਚੇ ਨੂੰ ਤਾਂ ਇਸੇ ਥਾਂ 'ਤੇ ਦਿੱਤੀ। ਇੱਕ ਦਿਨ ਮੈਂ ਕਾਲਜ ਦੀ ਇੰਸਪੈਕਸ਼ਨ 'ਤੇ ਗਿਆ, ਕਈ ਗੱਲਾਂ ਤਾਂ ਕਮਾਲ ਦੀਆਂ ਹੁੰਦੀਆਂ ਨੇ, ਕਾਲਜ ਇੰਸਪੈਕਸ਼ਨ 'ਤੇ ਗਿਆ ਹੰਸਾਲੀ, ਮੈਨੂੰ ਉਹਨਾਂ ਦਾ ਮੈਨੇਜਮੈਂਟ ਦਾ ਕਹਿੰਦਾ ਉਹਨਾਂ ਨੂੰ ਇੰਗਲਿਸ਼ ਦਾ ਦੇਣਾ ਸੀ ਸਬਜੈਕਟ, ਕਹਿੰਦੇ ਸੰਤਾਂ ਨੂੰ ਦਰਸ਼ਨ ਕਰ ਰਹੇ ਨੇ। ਮੈਂ ਚੱਲ ਲੈ ਜਾਓ ਭਾਈ, ਊਂ ਤਾਂ ਲਾਈਨ 'ਚ ਉਹ ਪਿੱਛੋਂ ਦੀ ਲੈ ਗਏ, ਸੰਤਾਂ ਨੇ ਮੈਨੂੰ ਸਰੋਪਾ ਜਿਹਾ ਪਾ ਕੇ ਪ੍ਰਸ਼ਾਦ ਦਿੱਤਾ। ਜਦੋਂ ਮੈਂ ਗੱਡੀ 'ਚ ਆ ਕੇ ਪ੍ਰਸ਼ਾਦ ਖੋਲਿਆ, 2,50,000 ਰੁਪਇਆ ਮੈਂ ਸਾਡੇ ਪੰਮੀ ਬਾਈ ਦੀ ਮਦਰ ਦਾ ਭੋਗ ਮੈਂ ਉੱਥੇ ਗਿਆ ਅਤੇ ਮੈਂ ਵੀ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਮੈਨੂੰ ਸੰਤਾਂ ਨੇ 2,50,000 ਰੁਪਏ ਦਿੱਤਾ। ਮੈਨੂੰ ਕਹਿੰਦੇ ਮੌਜਾ ਕਰ, ਉਹ ਜੀ ਮੌਜਾ ਨੇ ਦੱਸੋ, ਅਸੀਂ ਫਿਰ ਉਹਦਾ ਇੱਕ ਫੈਲੋਸ਼ਿਪ ਬਣਾ ਲਿਆ। ਜਿਹੜੇ ਉਹਦੇ 'ਚੋਂ ਫੀਸ ਲੈ ਕੇ ਪਾਸ ਹੋ ਕੇ ਅਫਸਰ ਬਣ ਰਹੇ ਨੇ, ਕਿੱਥੋਂ ਕਿਸ ਨੂੰ ਦੇ ਦੇਣ? ਇਹਦਾ ਮਤਲਬ ਜਿਹੜਾ ਬੰਦਾ ਮਿਹਨਤ ਕਰਦਾ ਉਹਦਾ ਕੋਈ ਅਲਟਰ ਨਹੀਂ, ਦੇਰ ਇਜ਼ ਨੋ ਸ਼ੋਰਟਕੱਟ ਟੂ ਹਾਰਡ ਵਰਕ। ਜਿਹੜਾ ਹਾਰਡ ਵਰਕ ਕਰੂਗਾ ਉਹਦਾ ਰਸਤੇ ਉਹਨੂੰ ਮਿਲਣਗੇ, ਇਹ ਮੈਨੂੰ ਯਕੀਨ ਹੈ। ਤੋ ਜਿਹੜੇ ਤੁਸੀਂ ਇਹ ਤੋਂ ਅੱਗੇ ਮਤਲਬ ਫਾਰ ਐਗਜ਼ਾਮਪਲ ਇਹਨਾਂ ਦੋਨਾਂ ਤੋਂ ਇਲਾਵਾ ਤੁਸੀਂ ਆਪਣੇ ਰਸਤੇ ਬਣਾਓ, ਤੁਸੀਂ ਆਪ ਸੋਚੋ ਕਿ ਤੁਸੀਂ ਕੀ ਕਰਨਾ। ਮਤਲਬ ਜੇ ਤੁਸੀਂ ਪ੍ਰੋਫੈਸਰ ਬਣਨਾ ਉਹਦੇ ਲਈ ਵੀ ਹੈ, ਉਹਦੇ ਲਈ ਤੁਹਾਨੂੰ ਨੈੱਟ ਕਲੀਅਰ ਕਰਨਾ ਪਊ। ਮੈਂ ਤੁਹਾਨੂੰ 2 ਮਿੰਟ 'ਚ ਨੈੱਟ ਦੀ ਗੱਲ ਦੱਸ ਦਿੰਦਾ। ਇਹ ਪੇਪਰ ਹੁੰਦੇ ਨੇ ਨੈਸ਼ਨਲ ਐਲੀਜੀਬਿਲਟੀ ਟੈਸਟ,
ਜੀਆਰਐਫ ਜਿਹੜਾ 28 ਸਾਲ ਦਾ ਔਰ ਉਸ ਤੋਂ ਬਾਅਦ ਤੁਸੀਂ ਜਿਹੜਾ ਤਿੰਨ ਪੇਪਰ ਦੇਣੇ ਨੇ ਇੱਕੋ ਦਿਨ 'ਚ ਪੇਪਰ ਆਉਂਦੇ ਨੇ ਡੇਟ ਸ਼ੀਟ ਪਹਿਲਾਂ ਹੀ ਆਈ ਹੋਈ ਆ ਜੀ ਇੱਕ ਜੂਨ 'ਚ ਆਉਂਦਾ ਇੱਕ ਦਸੰਬਰ 'ਚ ਆਉਂਦਾ ਔਰ ਜਿਹੜੇ ਪੇਪਰ ਨੇ ਆਉਂਦੇ ਕਰੋ ਪੇਪਰ ਔਰ ਤੁਹਾਡੇ ਕੋਲ ਪਹਿਲਾ ਪੇਪਰ ਹੈ 100 ਨੰਬਰ ਦਾ ਸਵਾ ਘੰਟੇ ਦਾ 9:30 ਤੋਂ 10:45 ਤੱਕ ਸੈਕਿੰਡ ਪੇਪਰ ਹੈ ਇਹ ਵੀ ਸਵਾ ਘੰਟੇ ਦਾ ਥਰਡ ਪੇਪਰ ਹੈ ਸਾਰਾ ਕੁਛ ਪਹਿਲੀ ਤਿਆਰ ਹੈ ਸੋ ਬੱਚਿਓ ਇਹ ਸਾਰੇ ਸਿਸਟਮ ਦੇ ਵਿੱਚ ਅਸੀਂ ਆਪਣਾ ਸੁਪਨਾ ਜਿਹੜਾ ਸਿਰਜਣਾ ਤਾਂ ਮੈਨੂੰ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਦਾ ਇੱਕ ਤਾਂ ਟਾਈਮ ਮੈਨੇਜ ਕਰਨਾ ਸਿੱਖੋ ਟਾਈਮ ਨਾ ਜ਼ਿਆਦਾ ਖਰਾਬ ਕਰੋ ਕੀ ਕਰਨਾ ਚਾਹੀਦਾ ਇੱਕ ਤੁਸੀਂ ਸਾਹਿਤ ਪੜ੍ਹਨ ਦੀ ਆਦਤ ਪਾਓ ਲਿਟਰੇਚਰ ਪੜ੍ਹ ਲਓ ਹਰ ਰੋਜ਼ ਕਿਤਾਬਾਂ ਕੁਛ ਰੱਖੋ ਸਿਰਹਾਣੇ 5-7 ਮਿੰਟ ਡੇਲੀ ਸੌਣ ਤੋਂ ਪਹਿਲਾਂ ਪੜ੍ਹੋ ਅਖਬਾਰ 2 ਤੋਂ ਵੱਧ ਇੱਕ ਅੰਗਰੇਜ਼ੀ ਦਾ ਇੱਕ ਪੰਜਾਬੀ ਦਾ ਘੱਟੋ ਘੱਟ ਟੀ ਵੀ ਉਹ ਦੂਜੇ ਪ੍ਰੋਗਰਾਮ ਛੱਡੋ ਭੈਣਾਂ ਦੇ ਪ੍ਰੋਗਰਾਮ ਤੁਸੀਂ ਦੇਖੋ ਖਬਰਾਂ ਉਹ ਵੀ ਦੂਰਦਰਸ਼ਨ ਦੀਆਂ ਸੁਜੈਸਟ ਕਰਦਾ ਤੁਸੀਂ ਦੇਖੋ ਲੋਕ ਸਭਾ ਚੈਨਲ ਰਾਜ ਸਭਾ ਚੈਨਲ ਉਹ ਤੁਹਾਡੇ ਲਈ ਫਿਰ ਤੁਸੀਂ ਇੱਕ ਅੱਧਾ ਮੈਗਜ਼ੀਨ ਪਾ ਲਓ ਖਾਸ ਤੌਰ 'ਤੇ ਮੈਂ ਕੰਪੀਟੀਟਿਵ ਪ੍ਰਤੀਯੋਗਤਾ ਦਰ ਪੰਜਾਬ CSR ਕੰਪੀਟੀਸ਼ਨ ਸਕਸੈਸ ਰਿਵਿਊ ਤੁਹਾਡੇ ਲਈ ਕਾਫੀ ਠੀਕ ਰਹੇਗਾ ਉਹ ਲਵਾ ਲਓ ਅਤੇ ਨਾਲ ਤੁਹਾਨੂੰ ਮੈਂ ਸੁਜੈਸਟ ਕਰਦਾ ਕਿ ਤੁਸੀਂ ਅਗਰ ਟਾਈਮ ਮੈਨੇਜ ਕਰਨਾ ਸ਼ੁਰੂ ਕਰ ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਕਰੋ ਡਾਇਰੀ ਲਿਖਣੀ ਡੇਲੀ ਡਾਇਰੀ ਲਿਖਣੀ ਕਾਫੀ ਜ਼ਰੂਰੀ ਹੁੰਦੀ ਹੈ ਮਤਲਬ ਤੁਹਾਨੂੰ ਹਿਸਾਬ ਆਉਂਦਾ ਰਹੂਗਾ ਕਿ ਤੁਸੀਂ ਦਿਨ 'ਚ ਕੀ ਕੀਤਾ ਕਈ ਵਾਰੀ ਮੈਂ ਤੁਹਾਡੇ ਲਈ ਨਾ ਟੇਬਲ ਸੁਜੈਸਟ ਕਰਦਾ ਕਿ 1.5 ਮਿੰਟ 'ਚ ਡੇਲੀ ਡਾਇਰੀ ਲਿਖੀ ਜਾ ਸਕਦੀ ਹੈ ਤੁਸੀਂ ਕਿੰਨੇ ਵਜੇ ਉੱਠੇ ਕਿੰਨੇ ਵਜੇ ਸੁੱਤੇ ਕਿੰਨੀਆਂ ਕਲਾਸਾਂ ਲਾਈਆਂ ਕਿੰਨਾ ਪੜ੍ਹਿਆ ਐਕਸਰਸਾਈਜ਼ ਕੀਤੀ ਜਾਂ ਨਹੀਂ ਕੀਤੀ ਜਿੰਨੇ ਮਰਜ਼ੀ ਕੌਲਮ ਬਣਾ ਲਓ ਤੁਸੀਂ ਉਹ ਤੁਹਾਡੇ ਹੱਥ ਹੈ ਔਰ ਜਿਹੜੇ ਕੌਲਮ ਤੁਸੀਂ ਬਣਾ ਰਹੇ ਹੋ ਉਹਨੂੰ ਤੁਸੀਂ ਜਦੋਂ ਭਰੋਗੇ ਮਹੀਨੇ ਬਾਅਦ ਉਹਦਾ ਜ਼ੋਰ ਤੁਹਾਨੂੰ ਲਾ ਕੇ ਦੇਖੋਗੇ ਤੁਹਾਨੂੰ ਪੂਰਾ ਹਿਸਾਬ ਆ ਜਾਊਗਾ ਕਿ ਇੰਨਾ ਇਸ ਮਹੀਨੇ ਤੁਸੀਂ ਕਿੰਨਾ ਟਾਈਮ ਖਰਾਬ ਕੀਤਾ ਉਹ 'ਚ ਆਪਣੀ ਮਰਜ਼ੀ ਦੇ ਵੀ ਕੌਲਮ ਮੈਂ ਬੜੇ ਐਕਸਪੈਰੀਮੈਂਟ ਕਰਕੇ ਦੇਖੇ ਜਿਵੇਂ ਨਿੰਦਾ ਚੁਗਲੀ ਦਾ ਕੌਲਮ ਭਾਈ ਸਾਹਿਬ 90 ਘੰਟੇ ਅਸੀਂ ਐਵਰੇਜ ਨਿੰਦਾ ਚੁਗਲੀ 'ਤੇ ਲਾਉਣਾ ਲੋਕਾਂ ਦੀਆਂ ਗੱਲਾਂ ਕਰਦੇ ਜੇ ਉਹ 'ਚ ਅੱਧ ਵੀ ਕਰ ਲਈਏ ਅਸੀਂ ਪੇਪਰ 1 ਪਾਸ ਕਰ ਸਕਦੇ ਟਾਈਮ ਮੇਕਅਪ 'ਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਉਹਨੂੰ ਘਟਾ ਸਕਦੇ ਕਈ ਵਾਰੀ ਆ ਕੇ ਕੁੜੀਆਂ ਕਹਿੰਦੀਆਂ ਜੀ ਅਸੀਂ ਡਾਇਰੀ ਤਾਂ ਲਿਖ ਲਈਏ ਪਰ ਕੋਈ ਹੋਰ ਨਾ ਪੜ੍ਹ ਲਏ ਮੈਂ ਉਹਨਾਂ ਲਈ ਫਿਰ ਇੱਕ ਸੁਜੈਸਟ ਕੀਤਾ ਜੀ ਵੀ ਤੁਸੀਂ ਕੋਡਿੰਗ ਕਰੋ ਤੁਸੀਂ ਆਪਣੇ ਇਹੋ ਜਿਹੀ ਕੋਡ ਵਰਡ ਰੱਖ ਲਓ ਜਿਹੜਾ ਕਿਸੇ ਹੋਰ ਨੂੰ ਨਾ ਪਤਾ ਹੋਵੇ ਉਹ ਜਦੋਂ ਇਹ ਕੀਤਾ ਪਰ ਉਹਦੇ 'ਚ ਇੱਕ ਗੱਲ ਮੈਂ ਸੁਜੈਸਟ ਇਹ ਵੀ ਕਰਦਾ ਵੀ ਉਹ ਕੋਡਿੰਗ ਤੁਸੀਂ ਨਾ ਭੁੱਲ ਜਾਓ ਇਹਦੇ ਲਈ ਇੱਕ ਕਹਾਣੀ ਸੁਣ ਲਓ ਕੋਈ ਸਵਾਮੀ ਕਿਸੇ ਦੇ ਘਰ ਗਿਆ ਜੀ 5-7 ਬੰਦੇ ਬੈਠੇ ਸੀ ਉਹ ਬੱਚਾ ਆਇਆ ਜਾ ਕੇ ਕਹਿੰਦਾ ਮੰਮਾ ਸੂ ਆਇਆ ਸਵਾਮੀ ਜੀ ਕਹਿੰਦੇ ਦੇਖ ਬਈ ਇਹਨੂੰ ਸਿਖਾ ਕੁਛ ਇੰਨੇ ਬੰਦਿਆਂ 'ਚ ਇਹਨੇ ਆ ਕੇ ਸਿੱਧਾ ਕਹਿਤਾ ਉਹ ਕਹਿੰਦੇ ਜੀ ਕੀ ਸਿਖਾਵਾਂ ਉਹਨੂੰ ਕਹਿੰਦੇ ਜੀ ਇਹਨੂੰ ਕੋਡ ਵਰਡ ਸਿਖਾ ਦੇ ਉਹ ਕਹਿੰਦੇ ਜੀ ਉਹ ਵੀ ਤੁਸੀਂ ਸਿਖਾ ਦਿਓ ਸਵਾਮੀ ਨੇ ਉਹਨੂੰ ਸਿਖਾਤਾ ਮਾਸੂਮ ਬੱਚੇ ਨੂੰ ਵੀ ਬੇਟਾ ਜਦੋਂ ਵੀ ਤੈਨੂੰ ਸੁਸੂ ਆਵੇ ਤੂੰ ਘਰ ਮੈਨੂੰ ਗਾਣਾ ਆਇਆ ਬੱਚੇ ਨੇ ਸਿੱਖ ਲਿਆ ਉਹ 2-4 ਮਹੀਨੇ ਬਾਅਦ ਸਵਾਮੀ ਜੀ ਦਾ ਭੁੱਲ ਕੇ ਵੀ ਕੀ ਕੋਡ ਦਿੱਤਾ ਬੱਚੇ ਦੇ ਯਾਦ ਸੀ ਉਹ ਫਿਰ ਆਇਆ ਹੋਇਆ ਉਹਦੀ ਮਾਂ ਗੁਆਂਢੀਆਂ ਦੇ ਜਗਰਾਤੇ 'ਤੇ ਕਿਉਂਕਿ ਰਾਤ ਨੂੰ 11 ਵਜੇ ਬੱਚਾ ਉੱਠ ਕੇ ਉਹਨੂੰ ਕਹਿੰਦਾ ਮੈਨੂੰ ਗਾਣਾ ਆਇਆ ਉਹ ਕਹਿੰਦਾ ਯਾਰ ਸੌਂ ਜਾ ਸਵੇਰੇ ਗਾ ਲਈ ਉਹ ਕਹਿੰਦਾ ਸਵੇਰੇ ਵੀ ਗਾਊ ਹੁਣ ਵੀ ਗਾਊ ਹੁਣ ਸਵਾਮੀ ਨੂੰ ਕੁਛ ਨਹੀਂ ਪਤਾ ਜਦੋਂ ਬੱਚਾ ਨਾ ਹਟਿਆ ਸਵਾਮੀ ਨੂੰ ਕਹਿੰਦਾ ਯਾਰ ਚੰਗਾ ਮੇਰੇ ਕੰਨ 'ਚ ਗਾ ਦਿਓ ਇਹ ਜਿਹੜਾ ਹੈਗਾ ਤੁਸੀਂ ਕਦੇ ਵੀ ਕੋਡ ਨਾ ਭੁੱਲ ਜਾਓ ਲੇਕਿਨ ਟਾਈਮ ਮੈਨੇਜ ਕਰਨਾ ਜ਼ਰੂਰ ਸਿੱਖ ਲਓ ਸੋ ਬਹੁਤ ਸਾਰੀਆਂ ਗੱਲਾਂ ਨੇ ਲੇਕਿਨ ਅਖੀਰ ਦੇ ਵਿੱਚ ਫਿਰ ਉਹੀ ਗੱਲ ਕਿ ਕੁਛ ਕਰਨੇ ਕੇ ਲੀਏ ਮੌਸਮ ਨਹੀਂ ਮਨ ਚਾਹੀਏ ਅਤੇ ਮੇਰਾ ਖਿਆਲ ਆ ਅੱਜ ਤੁਸੀਂ ਆਪਣਾ ਮਨ ਬਣਾ ਲਿਆ ਹੋ ਜੇ ਮਨ ਬਣਾ ਲਿਆ ਤਾਂ ਮੈਨੂੰ ਜ਼ਰਾ ਤਾੜੀਆਂ ਮਾਰ ਕੇ ਦੱਸੋ ਕਿ ਮਨ ਬਣ ਗਿਆ ਥੈਂਕ ਯੂ